ਹੀਰ ਆਖਦੀ ਰਾਂਝੇ ਆ ਗੱਲ ਸੱਚੀ ਸੱਚੇ ਬੰਦੇ ਦਾ ਨਹੀਂ ਸਤਿਕਾਰ ਇੱਥੇ। ਹੀਰ ਆਖਦੀ ਰਾਂਝੇ ਆ ਗੱਲ ਸੱਚੀ ਸੱਚੇ ਬੰਦੇ ਦਾ ਨਹੀਂ ਸਤਿਕਾਰ ਇੱਥੇ। ਖੱਟੀ ਝੂਠ ਦੀ ਖਾਂਦੇ ਨੇ ਲੋਕ ਬਾਹਲੇ, ਵਿਰਲਾ ਸੱਚ ਦਾ ਕਰੇ ਵਪਾਰ ਇੱਥੇ। ਖੱਟੀ ਝੂਠ ਦੀ ਖਾਂਦੇ ਨੇ ਲੋਕ ਬਾਹਲੇ, ਵਿਰਲਾ ਸੱਚ ਦਾ ਕਰੇ ਵਪਾਰ ਇੱਥੇ। ਮਤਲਬ ਨਾਲ ਨੇ ਜੁੜਦੇ ਸੰਬੰਧ ਬਹੁਤੇ, ਉਦਾਂ ਕਿਸੇ ਨੂੰ ਕੋਈ ਨਹੀਂ ਸਰੋਕਾਰ ਇੱਥੇ। ਛਿੱਤਰ ਜਿਸ ਦਾ ਹੋਵੇ ਕਾਇਮ ਵਾਲਾ, ਚੱਲੇ ਉਸੇ ਦੀ ਹੀ ਸਰਕਾਰ ਇੱਥੇ, ਚੱਲੇ ਉਸੇ ਦੀ ਹੀ ਸਰਕਾਰ ਇੱਥੇ। ਸਾਡੇ ਪੰਜਾਬ ਦੀਆਂ ਸੱਚਾਈਆਂ ਨੂੰ ਬਿਆਨ ਕਰਦੀਆਂ ਇਹਨਾਂ ਸਤਰਾਂ ਦੇ ਨਾਲ ਮੈਂ ਜਗਤਾਰ ਸਿੰਘ ਜੱਗੀ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਅੱਜ ਦਾ ਲਾਈਵ ਸ਼ੋਅ ਲੈ ਕੇ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਜਾਈਨੂੰ ਜਲਵੇ ਜੱਗੀ ਦੇ ਸ਼ੋਅ ਦੇ ਵਿੱਚ। ਗੱਲਾਂ ਬਾਤਾਂ ਬਹੁਤ ਨੇ, ਅੱਜ ਤਾਂ ਚੁਗਲੀ ਦਾ ਦਿਨ ਹੁੰਦਾ ਹੈ, ਗੱਲਾਂ ਬਾਤਾਂ ਇੰਨੀਆਂ ਕੁ ਨੇ, ਮਤਲਬ ਅੱਜ ਦੇ ਦਿਨ ਮੋਸਟਲੀ ਅਸੀਂ ਵੈਸੇ ਤਾਂ ਰੋਜ਼ ਹੀ ਗੱਲ ਕਿਤੇ ਮਰਜ਼ੀ ਸ਼ੁਰੂ ਕਰ ਲਓ, ਗੱਲ ਮੋੜ ਘੋੜ ਕੇ ਉੱਥੇ ਹੀ ਚੱਲ ਜਾਂਦੀ ਹੈ। ਪੰਜਾਬ ਦੇ ਸਿਸਟਮ ਦੀ ਗੱਲ ਆ ਜਾਂਦੀ, ਲੀਡਰਾਂ ਦੀ ਗੱਲ ਆ ਜਾਂਦੀ, ਬਾਬਿਆਂ ਦੀ ਗੱਲ ਆ ਜਾਂਦੀ। ਉੱਥੇ ਅੱਜ ਕੱਲ੍ਹ ਜਿਹੜਾ ਇੱਕ ਹੋਰ ਨਵਾਂ ਚੱਲਿਆ ਹੋਇਆ ਟ੍ਰੈਂਡ ਬਹੁਤ ਵੱਡੇ ਪੱਧਰ 'ਤੇ, ਉਹਦੀ ਗੱਲ ਆ ਜਾਂਦੀ ਹੈ। ਉਹ ਧਰਮ ਦੇ ਨਾਲ ਜੁੜ ਜਾਂਦੀ ਹੈ, ਧਰਮ ਰਾਜਨੀਤੀ ਨਾਲ ਜੁੜਿਆ ਹੋਇਆ, ਰਾਜਨੀਤੀ ਧਰਮ ਦੇ ਵਿੱਚ ਵੜੀ ਹੋਈ ਹੈ। ਕੁਛ ਸਮਝ ਨਹੀਂ ਆਉਂਦਾ ਬਣੂ ਕੀ। ਬਣਨਾ ਲੀਡਰਾਂ ਦਾ ਬਹੁਤ ਕੁਛ ਹੈ, ਆਮ ਲੋਕਾਂ ਦਾ ਬਹੁਤ ਕੁਛ ਉੱਜੜਨਾ, ਆਮ ਲੋਕਾਂ ਨੇ ਬਹੁਤ ਦੁਖੀ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੋ ਜਿਹੇ ਹਾਲਾਤ ਚੱਲਦੇ ਨੇ। ਅੱਜ ਦਾ ਮੁੱਦਾ ਤੁਸੀਂ ਇਸ ਤੋਂ ਪਹਿਲਾਂ ਦੇਖਿਆ, ਉਹਦੇ ਵਿੱਚ ਇੱਕ ਨਵਾਂ ਵਿਸ਼ਾ ਜਿਹੜਾ ਉਹ ਤੁਹਾਡੇ ਰੂਬਰੂ ਹੋਇਆ। ਚਲੋ ਖੈਰ, ਆਪਾਂ ਕੋਸ਼ਿਸ਼ ਕਰਨੀ ਹੈ ਅੱਜ ਦੇ ਪ੍ਰੋਗਰਾਮ ਨੂੰ ਵੀ ਤੁਹਾਡੇ ਰੂਬਰੂ ਜਿਹੜਾ ਥੋੜ੍ਹਾ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਹੀ ਰੱਖੀਏ। ਅਕਸਰ ਅਸੀਂ ਗੱਲ ਕਰੀਦੀ ਹੈ ਜਿਉਂ ਪੈਦਾ ਹੋਈਦਾ, ਰੱਬ ਅੱਗੇ ਵੀ ਇਹੀ ਅਰਦਾਸ ਕਰੀਦੀ ਰੱਬ ਅੱਗੇ, ਅਤੇ ਵੈਸੇ ਵੀ ਕੋਸ਼ਿਸ਼ ਵੀ ਇਹੀ ਕਰੀਦੀ ਹੈ। ਤਕਰੀਬਨ ਸਿਆਣੇ ਵੀ ਇਹੀ ਕਹਿੰਦੇ ਆ ਕਿ ਸਿਹਤ ਦਾ ਧਿਆਨ ਰੱਖੋ। ਸਿਹਤ ਇੱਕ ਐਸੀ ਨਿਮਤ ਬਖਸ਼ੀ ਹੈ ਪਰਮਾਤਮਾ ਨੇ, ਜਿਹਦੀ ਸਿਹਤ ਠੀਕ ਹੈ ਕਹਿੰਦੇ ਸਾਰਾ ਕੁਛ ਠੀਕ ਹੈ। ਬਿਲਕੁਲ ਸੱਚੀ ਗੱਲ ਹੈ, ਜੇ ਸਿਹਤ ਠੀਕ ਨਹੀਂ ਹੈ ਤਾਂ ਤੁਹਾਡੇ ਕੋਲ ਚਾਹੇ ਕਰੋੜਾਂ ਡਾਲਰ ਪਿਆ ਉਹ ਵੀ ਭੈੜਾ ਲੱਗਦਾ, ਵੀ ਮੈਂ ਕਰਨਾ ਕੀ ਹੈ। ਜੇ ਸਿਹਤ ਠੀਕ ਹੈ ਤਾਂ ਫਿਰ ਚਾਹੇ ਪੈਸੇ ਧੇਲੇ ਦੀ ਕਮੀ ਵੀ ਹੈ ਤਾਂ ਵੀ ਬੰਦਾ ਟਾਈਮ ਕੱਢ ਲੈਂਦਾ। ਪਰ ਕਈ ਲੋਕ ਜਿਹੜੇ ਹੈਗੇ ਨੇ ਸਾਡੇ ਆਪ ਸਿਹਤ ਨੂੰ ਖਰਾਬ ਕਰਦੇ ਨੇ, ਆਪ ਜਾਣ ਬੁੱਝ ਕੇ ਸਿਹਤ ਦਾ ਐਸਾ ਸੱਤਿਆਨਾਸ਼ ਕਰਦੇ ਨੇ ਅਤੇ ਫਿਰ ਉਦੋਂ ਹੀ ਪਤਾ ਲੱਗਦਾ ਜੀ ਜਦੋਂ ਰਾਮ ਨਾਮ ਸੱਤ ਹੋ ਗਈ, ਜਾਂ ਹੋਣ ਵਾਲੀ ਹੁੰਦੀ ਹੈ ਉਦੋਂ ਸੋਚਦੇ ਨਹੀਂ ਜੀ ਬਹੁਤ ਵੱਡੀ ਗਲਤੀ ਹੋ ਗਈ, ਥੋੜ੍ਹਾ ਸਿਹਤ ਦਾ ਧਿਆਨ ਰੱਖਦੇ ਅਤੇ ਸ਼ਾਇਦ ਹੁਣ ਮਾੜਾ ਮੋਟਾ ਹੋਰ 4 ਦਿਨ ਕੱਢ ਜਾਂਦੇ। ਪਰ ਹੁਣ ਤਾਂ ਔਖਾ, ਇਹ ਸਿਹਤ ਦੇ ਨਾਲ ਕਈ ਚੀਜ਼ਾਂ ਜੁੜੀਆਂ, ਆਪਾਂ ਅਕਸਰ ਜ਼ਿਕਰ ਕਰਦੇ ਰਹੀ ਤਾਂ ਸਿਹਤ ਦੇ ਨਾਲ ਜੁੜਿਆ ਪਹਿਲਾਂ ਤਾਂ ਖਾਣਾ, ਸਿਹਤ ਦੇ ਨਾਲ ਜੁੜਿਆ, ਫਿਰ ਐਕਸਰਸਾਈਜ਼ ਜੁੜੀ ਹੈ, ਠੀਕ ਹੈ ਜੀ। ਫਿਰ ਅਸੀਂ ਇੱਕ ਚੀਜ਼ ਇਹ ਵੀ ਹੈਗੀ ਵੀ ਜਿੰਨਾ ਮਰਜ਼ੀ ਕਰੀ ਜਾਈਏ, ਜਿੰਨਾ ਮਰਜ਼ੀ ਐਕਸਰਸਾਈਜ਼ ਕਰੀ ਜਾਈਏ, ਜਿੰਨਾ ਮਰਜ਼ੀ ਖਾਣੇ ਦਾ ਧਿਆਨ ਰੱਖੀ ਜਾਈਏ, ਫਿਰ ਇੱਕ ਚੀਜ਼ ਆ ਜਾਂਦੀ ਹੈ ਵੀ ਸਿਹਤ ਫਿਰ ਵੀ ਖਰਾਬ ਹੋ ਜਾਂਦੀ ਹੈ। ਚਲੋ ਕੋਈ ਨਾ ਕਾਰਨ ਹੁੰਦਾ, ਪਰ ਉੱਥੇ ਅਸੀਂ ਕਹਿ ਦਿੰਦੇ ਵੀ ਸਿਹਤ ਖਰਾਬ ਹੋ ਗਈ, ਚਲੋ ਯਾਰ ਇਹ ਰੱਬ ਦੀ ਮਰਜ਼ੀ ਹੈ। ਫਿਰ ਜਦੋਂ ਸਿਹਤ ਖਰਾਬ ਹੁੰਦੀ ਹੈ, ਇੱਧਰਲੇ ਮੁਲਕਾਂ ਦਾ ਔਰ ਪੰਜਾਬ ਦਾ ਜ਼ਮੀਨ ਅਸਮਾਨ ਦਾ ਫਰਕ ਹੈ, ਜਦੋਂ ਅਸੀਂ ਢਿੱਲੇ ਮੱਠੇ ਹੁੰਦੇ ਹਾਂ ਦੋਨੇ ਪੱਖਾਂ ਤੋਂ ਫਰਕ ਹੈ। ਪੰਜਾਬ ਜਦੋਂ ਬੰਦਾ ਢਿੱਲਾ ਮੱਠਾ ਹੁੰਦਾ ਹੈ ਅਤੇ ਡਾਕਟਰ ਕੋਲ ਛੇਤੀ ਕਿਤੇ ਜਾਂਦੇ ਹੀ ਨਹੀਂ ਹੈਗੇ, ਘਰੇ ਹੀ ਸੈਲਫ ਮੈਡੀਟੇਸ਼ਨ ਕਰ ਲੈਂਦੇ ਆ, ਫਿਰ ਬਾਹਲੀ ਗੱਲ ਹੁੰਦੀ ਹੈ ਕੈਮਿਸਟ ਕੋਲ ਜਾ ਕੇ ਉਹਨੂੰ ਦੱਸਣਾ ਵੀ ਆਹ ਬਿਮਾਰੀ ਹੈ, ਅਤੇ ਕੈਮਿਸਟ ਵਾਲੇ ਵੀ 3 ਜਣੇ ਖੜ੍ਹੇ ਹੁੰਦੇ ਕਾਊਂਟਰ 'ਤੇ, ਅਤੇ ਪਹਿਲਾਂ ਇੱਕ ਕਹਿੰਦਾ ਵੀ ਆਹ ਦੇ ਦੇ ਫਲਾਨੀ ਦੇ ਦੇ ਵੀ, ਦੂਜਾ ਕਹਿੰਦਾ ਨਹੀਂ ਨਹੀਂ ਇਹ ਮੇਰੇ ਖਿਆਲ ਇਹਦੇ ਵਾਸਤੇ ਠੀਕ ਨਹੀਂ ਰਹਿਣੀ, ਇਹਨੂੰ ਬਿਮਾਰੀ ਕੋਈ ਹੋਰ ਲੱਗਦੀ ਆ, ਐਂ ਕਰ ਫਲਾਨੀ ਕੋਲ ਦਵਾਈ ਦੇ ਦੇ ਇਹਨੂੰ। ਤੀਜਾ ਕਹਿੰਦਾ ਨਹੀਂ ਨਹੀਂ ਯਾਰ ਇਹਨੇ ਠੀਕ ਨਹੀਂ ਹੋਣਾ, ਇੱਦਾਂ ਤੁਸੀਂ ਐਂ ਕਰੋ ਆਹ ਅਤੇ ਆਹ ਮਿਲਾ ਕੇ ਗੋਲੀਆਂ ਇਹਨੂੰ ਦੇ ਦਿਓ ਤਾਂ ਇਹ ਠੀਕ ਹੋ ਜੂ। ਚਲੋ ਉੱਥੇ ਗੱਲ ਬਣ ਜਾਂਦੀ ਹੈ, 10-15 ਰੁਪਏ ਲੱਗਦੇ ਆ, 2 ਗੋਲੀਆਂ ਉਹ, 2 ਗੋਲੀਆਂ ਉਹ, ਮਿਕਸ ਐਂਡ ਮੈਚ ਕਰਕੇ ਖਾਓ, ਚਲੋ ਜੀ ਠੀਕ, ਸਿਹਤ ਠੀਕ ਹੋ ਗਈ। ਉਦੋਂ ਬਾਅਦ ਫਿਰ ਆਉਂਦੀ ਹੈ ਜੇ ਸਿਹਤ ਖਰਾਬ ਜ਼ਿਆਦਾ ਹੋ ਜਾਏ ਫਿਰ ਡਾਕਟਰਾਂ ਦਾ ਵਾਹ ਪੈਂਦਾ, ਫਿਰ ਡਾਕਟਰ ਵੀ ਉੱਥੇ ਪੰਜਾਬ ਦੇ ਵਿੱਚ ਹੋਰ ਤਰ੍ਹਾਂ ਦੇ ਨੇ, ਇੱਧਰ ਹੋਰ ਤਰ੍ਹਾਂ ਨੇ, ਪੰਜਾਬ ਦੇ ਵਿੱਚ ਤਾਂ ਡਾਕਟਰ ਜਿਹੜਾ ਹੈਗਾ ਜਿਹੜਾ ਚੱਲ ਜਾਂਦੇ ਆ, ਉੱਥੇ ਵੀ ਕਈ ਤਰ੍ਹਾਂ ਦੇ ਡਾਕਟਰ ਨੇ,
ਕਈ ਤਾਂ ਹੈਗੇ ਨੇ ਜਿਹੜੇ ਸੇਵਾ ਭਾਵਨਾ ਵਾਲੇ ਵੀ, ਚਲੋ ਜਿੰਨੇ ਕੁ ਠੀਕ ਠਾਕ ਪਾਸੇ ਲੈ ਲਓ ਪੈਸੇ, ਬਾਕੀ ਤਾਂ ਬਾਕੀ ਪਹਿਲਾਂ ਜਿਹੜੇ ਕਈ ਡਾਕਟਰ ਉੱਥੇ ਵੀ ਹੈਗੇ ਨੇ, ਪਹਿਲਾਂ ਸਿਹਤ ਖਰਾਬ ਕਰਦੇ ਨੇ ਤਾਂ ਫਿਰ ਠੀਕ ਕਰਦੇ ਨੇ। ਕਹਿੰਦੇ ਜੀ ਬਿਮਾਰੀ ਚੰਗੀ ਤਰ੍ਹਾਂ ਬਾਹਰ ਕੱਢਣੀ ਹੈ, ਉਹ ਬਿਮਾਰੀ ਨਹੀਂ ਚੰਗੀ ਤਰ੍ਹਾਂ ਬਾਹਰ ਕੱਢਣੀ ਹੁੰਦੀ, ਉਹ ਜੇਬਾਂ 'ਚੋਂ ਪੈਸੇ ਚੰਗੀ ਤਰ੍ਹਾਂ ਬਾਹਰ ਕੱਢਣੇ ਹੁੰਦੇ ਆ। ਇਹ ਡਾਕਟਰ ਉੱਥੇ ਦੇ ਜਿਹੜੇ ਹੈਗੇ ਨੇ ਉਹਨਾਂ ਦੀ ਗੱਲ ਕੀਤੀ ਹੈ। ਇੱਥੇ ਦੇ ਡਾਕਟਰ ਵੀ ਹੈਗੇ ਨੇ ਵਧੀਆ, ਬਹੁਤ ਵਧੀਆ ਡਾਕਟਰ ਹੈਗੇ ਨੇ ਇੱਥੇ ਵੀ, ਪਰ ਇੱਥੇ ਦੀ ਪ੍ਰੋਬਲਮ ਇਹ ਹੈ, ਹਸਪਤਾਲ ਦੀ ਪ੍ਰੋਬਲਮ ਇਹ ਹੈ ਵੀ ਜੇ ਕੋਈ ਢਿੱਲ ਵੱਠ ਹੁੰਦੀ ਹੈ ਤਾਂ ਸਾਨੂੰ ਅਪੁਆਇੰਟਮੈਂਟ ਲੈਣੀ ਪੈਂਦੀ ਹੈ। ਅਪੁਆਇੰਟਮੈਂਟ ਕਈ ਵਾਰੀ ਢਿੱਡ ਅੱਜ ਦੁਖਦਾ ਅਤੇ ਅਪੁਆਇੰਟਮੈਂਟ 15 ਦਿਨ ਬਾਅਦ ਦੀ ਮਿਲਦੀ ਹੈ, ਜਦ ਤੱਕ ਢਿੱਡ ਆਪੇ ਹੀ ਠੀਕ ਠੂਕ ਹੋ ਜਾਂਦਾ ਵੀ ਛੱਡ ਯਾਰ ਇਹਨੇ ਤਾਂ ਕੁਛ ਕਰਨਾ ਕਰਾਉਣਾ ਨਹੀਂ, ਮੈਂ ਹੀ ਠੀਕ ਹੋ ਜਾ। ਖੈਰ ਕਈ ਗੰਭੀਰ ਬਿਮਾਰੀਆਂ ਹੁੰਦੀਆਂ ਤਾਂ ਫਿਰ ਸਿੱਧਾ ਸਾਡਾ ਵਾਹ ਵਾਸਤਾ ਪੈਂਦਾ ਹਸਪਤਾਲਾਂ ਦੇ ਨਾਲ। ਸਮਝ ਗਏ ਹੁਣੇ? ਅੱਜ ਆਪਾਂ ਡਾਕਟਰਾਂ ਦੀਆਂ ਗੱਲਾਂ ਕਰਨੀਆਂ, ਮੁੱਕਦੀ ਗੱਲ ਪੰਜਾਬ ਦੇ ਹਸਪਤਾਲਾਂ ਦਾ ਜਿਹੜਾ ਹਾਲਾਤ ਨੇ ਉਹ ਬਿਆਨ ਕਰਨੇ ਨੇ, ਜਾਣੀ ਕਿ ਤੁਹਾਡਾ ਵਾਹ ਵਾਸਤਾ ਹੀ ਪਿਆ ਹੋਊਗਾ, ਕਦੇ ਦਿਲ ਦੇ ਆਪਰੇਸ਼ਨ ਨਾਲ ਗੋਡਿਆਂ ਦਾ ਫ੍ਰੀ ਆਪਰੇਸ਼ਨ ਕਰਾਇਆ ਹੋਵੇ। ਸਰਕਾਰੀ ਹਸਪਤਾਲ ਨੇ ਇੱਕ, ਪ੍ਰਾਈਵੇਟ ਹਸਪਤਾਲ ਨੇ, ਉੱਥੇ ਦੋਨਾਂ ਦਾ ਹੀ ਜ਼ਮੀਨ ਅਸਮਾਨ ਦਾ ਫਰਕ ਹੈ। ਸਰਕਾਰੀ ਹਸਪਤਾਲ ਦੀ ਗੱਲ ਕਰੀਏ ਤਾਂ ਉੱਥੇ ਇਹ ਕਿਹਾ ਜਾਂਦਾ ਕਿ ਇਲਾਜ ਹੁੰਦਾ ਨਹੀਂ ਅਤੇ ਪ੍ਰਾਈਵੇਟ ਹਸਪਤਾਲ 'ਚ ਕਰਾ ਨਹੀਂ ਸਕਦੇ। ਸਰਕਾਰੀ ਸਕੂਲਾਂ 'ਚ ਪੜ੍ਹਾਈ ਹੁੰਦੀ ਨਹੀਂ ਅਤੇ ਪ੍ਰਾਈਵੇਟਾਂ 'ਚ ਪੜ੍ਹਾ ਨਹੀਂ ਸਕਦੇ ਆਮ ਬੰਦਾ। ਚਲੋ ਅਸੀਂ ਸਕੂਲਾਂ ਦੀ ਗੱਲ ਨਹੀਂ ਕਰਨੀ, ਅਸੀਂ ਹਸਪਤਾਲ ਜਾਂ ਸਾਡੀ ਸਿਹਤ ਨਾਲ ਸੰਬੰਧਿਤ ਡਾਕਟਰ ਜਿਹੜੇ ਹੁੰਦੇ ਨੇ ਜਿਨ੍ਹਾਂ ਦਾ ਵਾਹ ਵਾਸਤਾ ਪੈਂਦਾ, ਉਹਨਾਂ ਦੀ ਗੱਲ ਕਰਨੀ ਆ। ਸਰਕਾਰੀ ਹਸਪਤਾਲ ਜਿਹਨਾਂ ਨੂੰ ਅਸੀਂ ਸਿਵਲ ਹਸਪਤਾਲ ਵੀ ਕਹਿ ਦਿੰਦੇ ਹਾਂ, ਤਾਂ ਉਹਦਾ ਰੰਗ ਢੰਗ ਹੀ ਵੱਖਰਾ, ਜਮਾਂ ਐਨ ਬਾਹਰੋਂ ਪਤਾ ਲੱਗ ਜਾਂਦਾ ਦੂਰੋਂ ਵੀ ਸਿਵਲ ਹਸਪਤਾਲ ਹੋਊਗਾ। ਉੱਥੇ ਦੇ ਮਰੀਜ਼ਾਂ ਨੂੰ ਦੇਖ ਕੇ, ਬਾਹਰ ਅੰਦਰ ਨਿਕਲਦੇ ਜਿਹੜੇ ਅੰਦਰ ਵੜਦੇ ਆ ਕਿ ਬਾਹਰ ਨਿਕਲਦੇ, ਉਹਨਾਂ ਨੂੰ ਦੇਖ ਕੇ ਪਤਾ ਲੱਗ ਜਾਂਦਾ। ਅਤੇ ਪ੍ਰਾਈਵੇਟ ਹਸਪਤਾਲ 'ਚ ਜੇ ਕੋਈ ਆਮ ਬੰਦਾ ਚੱਲ ਜਾਏ ਪ੍ਰਾਈਵੇਟ ਹਸਪਤਾਲ 'ਚ, ਬਾਹਰੋਂ ਪਤਾ ਲੱਗ ਜਾਂਦਾ ਵੱਡੀਆਂ ਵੱਡੀਆਂ ਗੱਡੀਆਂ ਖੜ੍ਹੀਆਂ ਹੁੰਦੀਆਂ, ਐਨ ਬਹਿਜਾ ਬਹਿਜਾ ਹੋਈ ਹੁੰਦੀ, ਉੱਥੇ ਗਾਰਡ ਖੜ੍ਹਾ ਹੁੰਦਾ ਐਨ ਪੂਰਾ, ਅਤੇ ਨਾਲ ਦੀ ਨਾਲ ਜੇ ਉਹ ਸਲੂਟ ਮਾਰਨ ਵਾਲਾ ਖੜ੍ਹਾ ਹੁੰਦਾ, ਤਾਕੀ ਖੋਲ੍ਹਣ ਵਾਲਾ ਖੜ੍ਹਾ ਹੁੰਦਾ ਵੱਡੇ ਹਸਪਤਾਲ, ਪਤਾ ਲੱਗ ਜਾਂਦਾ ਬਾਹਰੋਂ। ਤਾਂ ਉੱਥੇ ਮੇਰਾ ਲੱਗਾ ਮਹਾਤੜ ਚੱਲ ਜਾਏ ਜੇ, ਰਿਸੈਪਸ਼ਨ ਵਾਲੀ ਹੋਈ ਕਹਿ ਦਿੰਦੀ ਡਾਕਟਰ ਤੱਕ ਪਹੁੰਚਦਾ ਹੀ ਨਹੀਂ ਕੰਮ, ਡਾਕਟਰ ਤਾਂ ਬਹੁਤ ਦੂਰ ਦੀ ਗੱਲ, ਕੰਪਾਊਂਡਰ ਤੱਕ ਗੱਲ ਨਹੀਂ ਪਹੁੰਚਦੀ। ਰਿਸੈਪਸ਼ਨ ਵਾਲੀ ਉਹ ਕਹਿ ਦਿੰਦੀ ਇਹ ਆਪਕੋ ਨਾ ਵੋ ਸਿਵਲ ਹਸਪਤਾਲ ਮੇਂ ਜਾਈਏ, ਆਪਕਾ ਇਲਾਜ ਵਹਾਂ ਹੋਗਾ। ਮਾੜੇ ਕੱਪੜੇ ਦੇਖ ਕੇ ਵੀ ਕੋਈ ਪੈਸੇ ਤਾਂ ਹੈ ਨਹੀਂ, ਇਹ ਕਿੱਥੋਂ 2 ਲੱਖ ਰੁਪਈਆ ਪਹਿਲਾਂ ਜਮ੍ਹਾਂ ਕਰਾਊਗਾ। ਅੱਛਾ, ਸਰਕਾਰੀ ਹਸਪਤਾਲ ਦੇ ਵਿੱਚ ਜੇ ਕੋਈ ਚੰਗਾ ਬੰਦਾ ਚੱਲ ਜਾਏ, ਸਰਕਾਰੀ ਹਸਪਤਾਲ ਦੇ ਬਾਹਰ ਜੇ ਕੋਈ ਵੱਡੀ ਗੱਡੀ ਰੁਕੀ ਹੈ, ਤਾਂ ਸਭ ਤੋਂ ਵੱਡਾ ਡਾਕਟਰ ਜਿਹੜਾ ਸਰਕਾਰੀ ਹਸਪਤਾਲ ਦਾ, ਉਹ ਬਾਹਰ ਆਉਂਦਾ ਗੇਟ ਤੱਕ ਗੱਡੀ ਦੇ ਕੋਲ ਆ ਕੇ ਉਹਨੂੰ ਮਿਲਦਾ, ਦੱਸੋ ਜੀ ਪੇਸ਼ੈਂਟ। ਹਾਂਜੀ, ਉਹ ਕਹਿੰਦੇ ਪੇਸ਼ੈਂਟ ਆ ਬਹੁਤ ਸੀਰੀਅਸ, ਵੀ ਅਸੀਂ ਮਤਲਬ ਇਹਦਾ ਇਲਾਜ ਕਰਾਉਣਾ, ਬਿਮਾਰੀ ਕਾਫੀ ਦੇਰ ਦੀ, ਇਲਾਜ ਬਹੁਤ ਕਰਾਇਆ, ਠੀਕ ਨਹੀਂ। ਡਾਕਟਰ ਗੇਟ ਦੇ ਕੋਲੋਂ ਹੀ ਆਪਦਾ ਵੇਟਿੰਗ ਕਾਰਡ ਦੇ ਕੇ, ਜੀ ਕਿੱਥੇ ਪੰਗਾ ਲੈਂਦੇ ਹੋ ਸਰਕਾਰੀ ਹਸਪਤਾਲ ਨਾਲ, ਮਸ਼ੀਨਾਂ ਨੂੰ ਜੰਗਾਲ ਲੱਗਿਆ ਪਿਆ, ਐਕਸਰੇ ਮਸ਼ੀਨ ਜਿਹੜੀ 3 ਮਹੀਨੇ ਹੋ ਖਰਾਬ ਹੋਈ ਪਈ ਹੈ, ਸੂਈਆਂ ਉਹ ਪੁਰਾਣੀਆਂ ਲਾਈ ਜਾਂਦੇ ਆ, ਕਿੱਥੇ ਪੰਗਾ ਲਓਗੇ ਤੁਸੀਂ, ਮੇਰਾ ਕਾਰਡ ਲਓ, ਘਰ ਆ ਜਾਓ, ਮੈਂ ਫਿੱਟ ਕਰ ਦਿੰਦਾ ਸਾਰਾ ਕੁਛ। ਇਹ ਹਾਲ ਆ ਉੱਥੇ। ਸੋ ਪ੍ਰਾਈਵੇਟ ਹਸਪਤਾਲਾਂ ਦੀ ਜੇ ਗੱਲ ਕਰੀਏ, ਪ੍ਰਾਈਵੇਟ ਹਸਪਤਾਲਾਂ ਦੀ ਗੱਲ ਕਰਨੀ ਆ, ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜੋ ਹੁੰਦਾ ਹੈ, ਅਸੀਂ ਇਹ ਨਹੀਂ ਕਹਿੰਦੇ ਵੀ ਸਾਰਿਆਂ 'ਚ ਹੁੰਦਾ, ਪਰ ਜੋ ਹੁੰਦਾ ਹੁੰਦਾ ਬਹੁਤ ਕੁਛ ਹੈ। ਡਾਕਟਰਾਂ ਦੀ ਥੋੜ੍ਹੀ 1-2 ਪਹਿਲਾਂ ਮਤਲਬ ਵੈਸੇ ਹੀ ਕਰ ਲਈਏ ਸ਼ੁਗਲ ਮੇਲੇ ਦੀਆਂ, ਫਿਰ ਦੂਏ ਪਾਸੇ ਚੱਲ ਜਾਣਾ ਕੰਮ। ਬੰਦਾ ਕਹਿੰਦਾ ਵੀ ਜੇ, ਇੱਕ ਬੰਦਾ ਕਹਿੰਦਾ ਵੀ ਜੇ ਮੈਂ ਨਾ ਪਹਿਲਾਂ ਰੱਬ ਤੋਂ ਡਰਦਾ ਅਤੇ ਉਦੋਂ ਬਾਅਦ ਮੈਂ ਡਾਕਟਰ ਤੋਂ ਡਰਦਾ। ਉਹ ਕਹਿੰਦਾ ਜੀ ਉਹ ਕਾਹ ਤੂੰ? ਉਹ ਕਹਿੰਦਾ ਵੀ ਜੇ ਰੱਬ ਗੁੱਸੇ ਹੋ ਜਾਏ ਤਾਂ ਉਹ ਡਾਕਟਰ ਕੋਲ ਭੇਜ ਦਿੰਦਾ, ਜੇ ਡਾਕਟਰ ਗੁੱਸੇ ਹੋ ਜਾਏ ਤਾਂ ਉਹ ਫਿਰ ਸਿੱਧਾ ਰੱਬ ਕੋਲ ਭੇਜ ਦਿੰਦਾ। ਬੰਦਾ ਕਹਿੰਦਾ ਵੀ ਮੈਂ ਰੱਬ ਤੋਂ ਬਾਅਦ ਆਪਣੀ ਘਰਵਾਲੀ ਤੋਂ ਡਰਦਾ। ਦੂਜਾ ਬੰਦਾ ਕਹਿੰਦਾ, ਉਹ ਕਹਿੰਦਾ ਯਾਰ ਤੂੰ ਚੰਗਾ ਬੰਦਾ, ਰੱਬ ਤੋਂ ਬਾਅਦ ਡਾਕਟਰ ਹੁੰਦਾ। ਪਹਿਲੇ ਸਮਿਆਂ ਦੇ ਵਿੱਚ, ਚਲੋ ਉਹ ਵੱਖਰੀ ਗੱਲ ਆ, ਵੀ ਪਹਿਲੇ ਸਮਿਆਂ ਦੇ ਵਿੱਚ ਅਗਰ ਬੰਦਾ ਬਿਮਾਰ ਹੁੰਦਾ ਸੀ, ਮਰਨੋਂ ਬਚ ਜਾਂਦਾ ਸੀਗਾ, ਤਾਂ ਉਦੋਂ ਇਹ ਕਿਹਾ ਜਾਂਦਾ ਸੀਗਾ ਵੀ ਰੱਬ ਨੇ ਕੋਈ ਕਸਰ ਨਹੀਂ ਛੱਡੀ ਸੀ ਇਹਨੂੰ ਲਿਜਾਣ ਦੀ, ਅਤੇ ਡਾਕਟਰਾਂ ਨੇ ਬਚਾ ਲਿਆ। ਉਹ ਵੱਖਰੀ ਗੱਲ ਵੀ, ਅੱਜ ਕੱਲ੍ਹ ਇਹ ਜੇ ਬੰਦਾ ਬਚ ਜਾਂਦਾ ਗਲਤੀ ਨਾਲ ਕਿਤੇ ਸਰਕਾਰੀ ਹਸਪਤਾਲ ਦੇ ਵਿੱਚ, ਪ੍ਰਾਈਵੇਟ ਹਸਪਤਾਲ ਦੇ ਵਿੱਚ, ਤਾਂ ਕਹਿਣਾ ਪੈਂਦਾ ਲੋਕਾਂ ਨੂੰ ਕਿ ਸ਼ੁਕਰ ਹੈ ਰੱਬ ਦਾ, ਰੱਬ ਨੇ ਬਚਾ ਲਿਆ, ਨਹੀਂ ਤਾਂ ਡਾਕਟਰਾਂ ਨੇ ਕੋਈ ਕਸਰ ਨਹੀਂ ਛੱਡੀ ਸੀ। ਅਤੇ ਉਹ ਤੂੰ ਕਹਿੰਦਾ ਫਿਰ ਵੀ ਕਹਿੰਦਾ ਕਹਿੰਦਾ ਘਰਵਾਲੀ ਡਰ ਜਾਂਦਾ। ਉਹ ਕਹਿੰਦਾ ਵੀ ਨਹੀਂ, ਮੈਂ ਤਾਂ ਰੱਬ ਤੋਂ ਬਾਅਦ ਘਰਵਾਲੀ ਕੋਲੋਂ ਡਰਦਾ। ਉਹ ਕਹਿੰਦਾ ਵੀ ਤੂੰ ਘਰਵਾਲੀ ਕੋਲੋਂ ਕਿਉਂ ਡਰਦਾ? ਅਕਸਰ ਤਾਂ ਲੋਕ ਡਾਕਟਰ ਤੋਂ ਡਰਦੇ ਹੁੰਦੇ, ਡਾਕਟਰ ਨੂੰ ਮੰਨਦੇ ਨੇ। ਉਹ ਕਹਿੰਦਾ ਦਰਅਸਲ ਮੇਰੀ ਘਰਵਾਲੀ ਜਿਹੜੀ ਉਹ ਵੀ ਡਾਕਟਰ ਹੈ।
डॉक्टर भी है तो घर वाली भी है, वो तो डबल काम हो गया, इस करके मैं वो तो डरता। डॉक्टर बड़े पतंदर होंगे, कई डॉक्टर जोड़े कई डॉक्टर है वाह पा वास्ता पैदा, साढ़े एक चंडीगढ़ के डॉक्टर होंगे सी, देखने तो डॉक्टर लगता ही नहीं कदे, हाव भाव वह भोरा डॉक्टर नहीं सी लगता भी वह डॉक्टर होगा। चप्पल वो पाइया होंगे सी, पजामा उच्चा जहा फंटा वाला पाया हों, कमाल की गल यह है, छोटा जहा टेबल रखा होंगे सी, पर कमाल की गल यह है कि वह 15-20 रुपये की उदों दवाई दिता होंगे, 95-96-97-98 की 2000 तो बाद भी गल करिए, 2000-2004-5 की 15-20-30-40 रुपये दवाई दिता सी, तो आराम उन्ना पटक दिन ही आ जाता सी। यहोजे भी डॉक्टर होंगे आ, बाकी जोड़े डॉक्टर है साढ़े प्राइवेट हस्पताल वाह वास्ता तो प्या होएगा, सेवा बढ़िया होंगी है। प्राइवेट सरकारी हस्पताल मरीज नूं नहीं पुछदे, तो सरकारी हस्पताल में नाल दी बड़ी सेवा होंगी है, वाईफाई फ्री, कॉफी हाउस, कॉफी मशीन जे वो, इतों तक कि कई प्राइवेट हस्पताल ने अटेंडेंट वास्ते नाल गया वास्ते मसाज वाली कुर्सियां ला रखी जी, पेशेंट का अंदर ऑपरेशन आता तुम आराम नाम मजे लो मसाज के। चलो गल्लां बातां बहुत ने, अज गल्लां जिहड़ियां असीं करनियां अज, मैं ब्रेक तो बाद तुहाड़ियां कॉल लैणियां शुरू कर देनियां, गल्लां बातां जिहड़ियां करनियां वो असीं पंजाब दे हस्पतालां बारे कोई चंगी माड़ी गल, चंगा माड़ा तजर्बा कोई होया होवे वो तुसीं साडे लखां पंजाबी जिहड़े हैगे लखां दर्शक हैगे उहनां दे नाल आपां सांझा करना गल्लां बातां। कोई फनी गल होई हो वैसे हस्पताल दे विच तां फनी कित्थों होणी, उत्थों तां चीकां ही निकलदियां होंदियां जिहड़े बंदा जांदा। बहुत सारिया गल्लां होर हैगियां ने जिहड़ियां तुहाडे नाल मैं सांझियां करूँगा, तो ब्रेक तो बाद तुहाडियां कॉलां भी लैणियां शुरू करूँगा। फिलहाल ब्रेक लैंदे हां जी, देखते रहो जस पंजाबी। ब्रेक तो बाद स्वागत है जी जाइन जलवे जग्गी के प्रोग्राम के, गलबात अज चल रही है प्राइवेट हस्पताल से सरकारी हस्पताल की। कोई सरकारी हस्पताल की भी चंगी गलबात हो जरूर साडे दर्शकों ने सांझी करो, कोई माड़ी हो भी सांझी करो, कोई प्राइवेट हस्पताल की चंगी हो सांझी करो, माड़ी हो गलबात वो सांझी करो। कि वैसे अजक जो बंदा बाहरों जाता है ना बाहरले मुल्कों चो तो वह तो खास जरा ध्यान रख्या जाता, खास ध्यान रख्या जाता, और भी काफ़ी देखने के आया कि जो कि उधर ऑपरेशन करते हैं तो कई बार चीज़ा जीडिया पहला बड़ा सुनी हों डॉक्टर की कैंची रह जाए, कोई कुछ के रह गया, कोई कुछ करता हों, तो एक बंद का कोई ऑपरेशन किया तो डॉक्टर ने उन्होंने बुलाया, जो चैकअप करा आया दोबारा कहते भाई साहब थोड़ा ऑपरेशन जोड़ा वो दोबारा करना पैना, वो कहता जी वो क्यों करना पैना दोबारा, वो कहता जी असल मेरे दस्ताने अंदर रह गए, एक दस्ताना जोड़ा सी वो पेट च रह गया, वह ऑपरेशन अपन दोबारा पर दस्ताना करना पैना। वह डॉक्टर साहब कहदे वास्ते इन्ना मत्था मारोंगे फिर सारा मेरा ढिड पाड़ोगे, तुम ऐ करो तो 35-40 रुपए के दस्ताने होने नवे लै लो, यहोजे भी होने यही पता भी वो सेहत वास्ते खराब होंगे है। डॉक्टर यहोजे भी होंगे कोई बंदा गया अपेंडिक्स का ऑपरेशन करा, अपेंडिक्स का ऑपरेशन करा गया तो वो जो ऑपरेशन कर लगे तो उत्तों भज के स्ट्रेचर के उपरों उठ के भज आया घर, बाहर जोड़े नाल के रिश्तेदार बैठे से उन्होंने भी नहीं ग पुछया दसिया भज गया घर भज गया, वो कहते भी की हुआ तू उठ को आया भी अपेंडिक्स का ऑपरेशन जोड़ा वो छोटा जहा ऑपरेशन होंगे एड्डी कोई गल नहीं, अपेंडिक्स का इतने साइड पर होंगे पता होना साढ़े दर्शकों को, छोटा जहा ऑपरेशन एवं क्यों भजा तू, कहना नर्स भी यही कहती सी भी कोई गल नहीं डरो ना छोटा जहा ऑपरेशन है, छोटा जहा ऑपरेशन है, डरो ना कोई लंबी चौड़ी गल नहीं हैगी, डरो ना छोटा जहा ऑपरेशन, नर्स भी यही कहती सी आप तो कहते भी नर्स सही कहती सी भी छोटा जहा ऑपरेशन डरो ना, वो कहता भी नर्स मैनू नहीं सी कह रही, जिहड़ा डॉक्टर ऑपरेशन करने वाला सी उहनू कह रही सी एवें छोटे ऑपरेशन हों तो भजना ही सी उत्थे फिर मरीज ने। खैर मैं एक प्राइवेट हस्पताल की छोटी जी चार लाइन थानू सुना के फिर कॉलां लैने, कॉलां तुहाडियां आनियां शुरू हो गई। 5-स्टार हस्पताल के वेंटीलेटर से पिता मौत नाल जंग लड़ रहा सी, ते बेटा अथरुआं नाल अपनियां अखां भर रहा सी। बेटे ने डॉक्टर दे वल देखते ही कहा, बेटे ने डॉक्टर वल देखते ही कहा, डॉक्टर साहब मेरे पिता नूं बचाओ, डॉक्टर कहिंदा जरूरी ऑपरेशन करना पैना, पहलां 2 लख रुपया होर जमा कराओ। ये गल सुन के बेटे दे दिल ते वजी सट, क्योंकि वह पहला ही जमा करा चुका सी 8 लख। बेटा बैठा बहुत उदास बैठा सी जदों, ता बेटा जदों उदास बैठा सी ता उदे मोढ़े ते चपड़ासी दा हाथ आया, उदे मोढ़े ते चपड़ासी ने हाथ रखिया, कहिंदा बेटा
मैं तेरा 2 लख बचा दिना, वरना वादा कर ते उन्हूं नभाई। कहिंदा जी दसो, कहिंदा वी तेरे पिता की मौत 4 घंटे पहला ही हो गई सी, ये मैं तैनू दसिया, तू अगे किसे नू ना सुनाई। मैं ये नहीं कहिंदा तुहाडे दोस्तों के रिश्तेदारों के मित्रों के होंगे प्राइवेट हस्पताल, ऐसी गल नहीं, मैं ये नहीं कहिंदा भी सारे हस्पताल इदां दे हुंदे आ, पर प्राइवेट हस्पताल की इमेज ये बन गई है कि उत्थे ये चीज़ हुंदी है प्राइवेट हस्पताल की, कि वेंटीलेटर ते पए बंदे नूं भी वह 2-4 दिन रख सकते हैं। मेरे नाल खुद ये बीतिया, पर मैनू उस प्राइवेट हस्पताल के डॉक्टर ने यह कहा सीगा कि जग्गी भाजी असीं तुहाडी इज्जत करदे आं, तुसीं साडे पंजाब वास्ते चंगा काम करदे हो, लोगों को सेध दिंदे हो कैस्टां दे विच, भगवंत मान दे नाल भी, तो उदां भी इस करके मैं तुहानूं दस दिंदा वी असीं तुहाडा पेशेंट जिहड़ा वो उन्ने दिन जिंदा रख सकते हैं जिन्ने दिन तुहाडी जेब चल सकती है कुछ नहीं उहदे च। असीं डिकलेयर करना वेंटीलेटर ते हैगा तुहाडा 20-25 हज़ार का खर्चा रोज़ का हैगा, ਜਿੰਨੇ ਦਿਨ ਤੁਸੀਂ ਕਹੋ ਵੀ ਇੰਨਾ ਅਸੀਂ ਇੰਨੇ ਦਿਨ ਖਰਚਾ ਕਰ ਸਕਦੇ ਉੱਨੇ ਦਿਨ ਤੁਹਾਨੂੰ ਲੱਗੂਗਾ ਵੀ ਤੁਹਾਡਾ ਪੇਸ਼ੈਂਟ ਜਿੰਦਾ ਲੱਗੂਗਾ, ਤੁਹਾਨੂੰ ਪਤਾ ਲੱਗੂ ਵੀ ਸਾਹ ਲੈਂਦਾ। ਅਤੇ ਜਿੱਦਣ ਤੁਸੀਂ ਕਹੋਗੇ ਜੀ ਨਹੀਂ ਜੀ ਸਾਡੇ ਹੱਥ ਖੜੇ, ਤਾਂ ਉਹ ਦਿਨ ਕਹਿੰਦੇ ਅਸੀਂ ਡਿਕਲੇਅਰ ਕਰ ਦਾਂਗੇ। ਇਹ ਪ੍ਰਾਈਵੇਟ ਹਸਪਤਾਲਾਂ ਦੀਆਂ ਸੱਚਾਈਆਂ ਨੇ ਜਿਹੜੀਆਂ ਅਸੀਂ ਭੁਗਤਦੇ ਹਾਂ। ਮੈਂ ਵਿਸ਼ਾ ਇੱਕ ਨਾਲ ਲੱਗਦਾ ਹੋਰ ਮੇਰੇ ਦਿਮਾਗ ਦੇ ਇਹ ਆ ਗਿਆ, ਇੱਕ ਕੁੜੀ ਨੇ ਮੂੰਹ ਦੇ ਉੱਪਰ ਸੋਸ਼ਲ ਮੀਡੀਆ 'ਤੇ ਵੀਡੀਓ ਆਈ ਸੀ, ਮੂੰਹ 'ਤੇ ਤਾਂ ਬੰਨਿਆ ਹੋਈ ਚੁੰਨੀ ਬੰਨੀ ਹੋਈ ਸੀ, 2 ਕੁੜੀਆਂ ਨੇ ਵੀਡੀਓ ਪਾਈ ਸੀ, ਤਾਂ ਮੈਨੂੰ ਚੰਗੀ ਬਹੁਤ ਲੱਗੀ ਵੀਡੀਓ। ਸੋਸ਼ਲ ਮੀਡੀਆ ਤੋਂ ਐਸੀ ਗੱਲ ਨਹੀਂ ਕਿ ਚੰਗੀ ਚੀਜ਼ ਨਹੀਂ ਮਿਲਦੀ। ਉਹ ਕਹਿੰਦੀ ਜੇ ਮੇਰੀ ਮੰਨੋ, ਮੇਰੀ ਸਲਾਹ ਮੰਨੋ ਤਾਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਮਰੀਜ਼ ਬਚ ਸਕਦੇ ਆ, ਸਰਕਾਰੀ ਹਸਪਤਾਲਾਂ ਦੇ ਵਿੱਚ ਮਰੀਜ਼ ਬਚ ਸਕਦੇ, ਖਾਸ ਤੌਰ 'ਤੇ ਪ੍ਰਾਈਵੇਟ ਦੀ ਗੱਲ ਉਹਨੇ ਕੀਤੀ ਸੀ। ਇਹ ਕਰਦੇ ਸਰਕਾਰ ਇਹ ਕਾਨੂੰਨ ਬਣਾ ਦੇਵੇ ਵੀ ਜੇ ਹਸਪਤਾਲ ਦੇ ਵਿੱਚ ਪੇਸ਼ੈਂਟ ਮਰ ਗਿਆ ਤਾਂ ਸਾਰਾ ਬਿੱਲ ਮਾਫ਼। ਦੇਖੋ ਫਿਰ ਕਿਵੇਂ ਜ਼ੋਰ ਲਾਉਂਦੇ ਆ ਬਚਾਉਣ ਵਾਸਤੇ, ਕਿਵੇਂ ਪੇਸ਼ੈਂਟ ਦੇ ਅੱਗੇ ਪਿੱਛੇ ਫਿਰਦੇ, ਪੇਸ਼ੈਂਟ ਕਿਤੇ ਮਰ ਨਾ ਜਾਵੇ ਯਾਰ, ਸਾਡਾ 5 ਲੱਖ ਰੁਪਈਆ ਮਰ ਜਾਣਾ, 6 ਲੱਖ ਮਰ ਜਾਣਾ। ਸੋ ਇਹਦਾ ਕੋਈ ਸਿਸਟਮ ਜਿਹੜਾ ਸਰਕਾਰਾਂ ਨੂੰ ਬਣਾਉਣ ਦੀ ਲੋੜ ਹੈਗੀ ਆ, ਪਰ ਕਰੀਏ ਕੀ, ਉੱਥੇ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਬਾਹਲੇ ਲੀਡਰਾਂ ਦੇ ਨੇ, ਕੋਈ ਕਿਸੇ ਲੀਡਰ ਦਾ ਕਾਲਜ ਜਿਹੜੇ ਨੇ ਉਹਨਾਂ ਦਾ ਕੁਛ ਨਹੀਂ ਹੋ ਸਕਦਾ, ਉਹ ਵੀ ਲੀਡਰਾਂ ਦੇ ਨੇ। ਸੋ ਆਪਾਂ ਚਲੋ ਬਾਹਲੇ ਲੰਬੇ ਚੌੜੇ ਚੱਕਰਾਂ 'ਚ ਪੈਣ ਨਾਲੋਂ ਸਿੱਧੀ ਸਿੱਧੀ ਗੱਲ ਇਹ ਕਰਦੇ ਹਾਂ ਵੀ ਤੁਹਾਡੇ ਕੋਈ ਜਿਹੜਾ ਕੋਈ ਤਜ਼ਰਬਾ ਤੁਸੀਂ ਆਪਣਾ ਸਾਂਝਾ ਕਰਨਾ, ਚਾਹੇ ਉਹ ਚੰਗਾ ਚਾਹੇ ਮਾੜਾ। ਕਾਲਾਂ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੰਦੇ ਬ੍ਰੇਕ ਤੋਂ ਪਹਿਲਾਂ, ਹੋਰ ਕੀ ਕਰਨਾ। ਹੈਲੋ 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 ਬਈ ਜੱਗੀ ਸਾਹਿਬ। ਹਾਂਜੀ ਹਾਂਜੀ ਪੈਰੀ ਪਿੰਡ ਜੀ, ਕੀ ਹਾਲ ਚਾਲ? ਲਿਆਂਦੀ ਹੈ ਤੁਸੀਂ ਡਾਕਟਰਾਂ ਦੀ ਗੱਲ? ਹਾਂਜੀ ਹਾਂਜੀ, ਬਹੁਤ ਵਧੀਆ ਲਿਆਂਦੀ ਹੈ ਪ੍ਰਾਈਵੇਟਾਂ ਦੀ ਤੇ ਸਰਕਾਰੀ। ਕੋਈ ਦੱਸੋ ਕੋਈ ਤਜਰਬਾ ਦੱਸੋ, ਕੋਈ ਗੱਲਬਾਤ ਕੋਈ ਸਾਂਝੀ। ਫੇਰ ਮੇਰੇ ਕੋਈ ਮੇਰੇ ਆਪਦੇ ਡਾਕਟਰ ਬਹੁਤ ਆ, ਤੇ ਫਿਰ ਆਪਾਂ ਫਿਰ ਗੱਲ ਕਾਹਦੀ ਤੇ ਕਰਨੀ ਆ। ਹੈਲੋ ਹਾਂਜੀ ਹਾਂਜੀ, ਮੈਂ ਕਿਹਾ ਜੇ ਤੁਹਾਡੇ ਕੋਲ ਆਪਦੇ ਡਾਕਟਰ ਹੈ ਉਹ ਸਾਰੇ ਚੰਗੇ ਨੇ ਕਿ ਉਹ ਵੀ ਪੈਸੇ ਪੂਸੇ ਝਾੜਦੇ ਨੇ? ਚੰਗੇ ਨੇ ਉਹ, ਚੰਗੇ ਵੀ ਆ, ਤੇ ਫਿਰ ਮੈਂ ਕੋਈ ਡਾਕਟਰ ਨਹੀਂ ਛੱਡਿਆਗਾ। ਜਿੰਨਾ ਮੈਂ ਛੱਡਿਆ ਲੁਧਿਆਣੇ, ਜਿੰਨਾ ਮੈਂ ਛੱਡਿਆ ਚੰਡੀਗੜ੍ਹ, ਜਿੰਨਾ ਮੈਂ ਛੱਡਿਆ ਭਾਈ ਬਰਨਾਲੀ, ਨਹੀਂ ਜਿੰਨਾ ਨਹੀਂ ਛੱਡਿਆ। ਇਹ ਰੋਗ ਲੱਗੇ ਵੇ ਨਾ ਆਪਣੇ ਜੱਗੀ ਸਾਹਿਬ ਬਹੁਤ, ਤੇ ਪਰ ਮੈਂ ਹਿੰਮਤ ਨਹੀਂ ਹਾਰਦੀ। ਇਹ ਤਾਂ ਇਕੱਲੇ ਆਏ ਨਾਨਕਾ ਤੇ ਸੱਦੇ ਉੜ ਜਾ, ਜਦੋਂ ਆ ਗਈ ਨਾ ਆ ਗਈ, ਉਹ ਕਿਸੇ ਨੂੰ ਨਹੀਂ ਰੋਕ ਸਕਦਾ। ਹੈਲੋ, ਨਹੀਂ ਅਸੀਂ ਗੱਲ ਕਰਦੇ ਸੀ ਮਾਸੀ ਵੀ, ਤੁਸੀਂ ਕਹਿੰਦੇ ਵੀ ਡਾਕਟਰ, ਮੇਰੇ ਡਾਕਟਰ ਇੱਥੇ, ਮੇਰੀ ਭੈਣ ਰਹਿੰਦੀ ਹੈ ਇੱਥੇ ਸਟਾਟਨ, ਉਹਦੀ ਨੂੰਹ ਵੱਡੀ ਆਰਨ ਹੈ, ਆਰਨ ਹੈ ਜੀ, ਆਰਨ ਬਹੁਤ ਵੱਡੀ ਡਾਕਟਰ ਹੈ ਨਾ, BSC ਨਰਸਿੰਗ ਆਰਨ, ਤੇ ਜਿਹੜੀ ਮੇਰੀ ਆਪਦੀ ਕੁੜੀ ਖੁਦ ਮੇਰੀ ਕੁੜੀ ਕੈਨੇਡਾ 'ਚ ਹੈਗੀ ਹੈ ਵੱਡੀ ਆਰਨ, ਤੇ ਮੇਰਾ ਭਾਣਜਾ ਵੀ ਡਾਕਟਰ ਆਰਨ ਕੀ ਹੁੰਦਾ, ਆਰਨ ਵੱਡੀ ਹੁੰਦੀ ਆ, ਉਹ BSC ਨਰਸਿੰਗ ਹੁੰਦੀ ਆ, ਅੱਛਾ, ਦੇਖਦੀ ਹੁੰਦੀ ਆ, ਪੜ੍ਹਾਉਂਦੀ ਹੁੰਦੀ ਆ, ਅੱਛਾ, ਤੇ ਫਿਰ ਨਹੀਂ ਆਪਾਂ ਪੰਜਾਬ ਦੀ ਗੱਲ ਕਰੂਗੀ, ਪੰਜਾਬ ਦੀ ਗੱਲ ਕਰਦੀ ਆ। ਸਾਡੇ ਪਿੰਡ ਨਾ, ਸਾਡੇ ਪਿੰਡ ਇੱਕ ਡਿਸਪੈਂਸਰੀ ਆ ਸਾਡੇ ਘਰ ਦੇ ਨਾਲ ਹੀ ਹਿੰਮਤਪੁਰੀ, ਤੇ ਇੱਕ ਹੈਗੀ ਭਾਈ ਸਰਕਾਰੀ ਹਸਪੀਟਲ, ਉਹ ਸਰਕਾਰੀ ਹਸਪੀਟਲ ਦੇ ਵਿੱਚ ਜਿਉਂ ਭਾਈ ਮਰਿਆ ਨਾ ਉਹ ਬੰਦਾ, ਹੈਂ, ਤੇ ਮੁੜ ਕੇ ਕੋਈ ਡਾਕਟਰ ਹੀ ਹੈ ਨਹੀਂ, ਤੇ ਉੱਥੇ ਬਿਊਟੀ ਪਾਰਲਰ ਦੇ ਖੋਲੀ ਬੈਠੇ ਆ। ਛੋਟੇ ਛੋਟੇ ਡਾਕਟਰ ਨਾ ਉਹਨਾਂ ਨਾਲ ਆਰਾਮ ਆ ਜਾਂਦਾ ਹੈ ਨਾ, ਤੇ ਫੇਰ ਮੈਂ ਤਾਂ ਇਹੀ ਕਹੂੰਗੀ ਜੱਗੀ ਸਾਹਿਬ ਤੁਸੀਂ ਬਹੁਤ ਵਧੀਆ ਵਿਸ਼ਾ ਲਿਆਂਦਾ,
ਤੇ ਜਿਉਂਦਾ ਰਹੇ ਮੇਰਾ ਜੱਗੀ ਜਗਤਾ, ਇਹੋ ਜਿਹੇ ਵਿਸ਼ੇ ਲਿਆਉਂਦਾ ਤੇ ਬੜੇ ਸਮਾਰਟ ਲੱਗਦੇ ਤੁਸੀਂ। ਮਿਹਰਬਾਨੀ ਜੀ, ਮਿਹਰਬਾਨੀ ਮਿਹਰਬਾਨੀ। ਇਹ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ ਚ ਰੱਖੇ ਸਰਜੀਤ ਕੌਰ ਆਂਟੀ ਬੰਦਿਓ, ਚਾਹੇ ਮਾਸੀ ਕਹੇ ਤੇ ਆਂਟੀ ਕਹੇ, ਭੂਆ ਕਹੇ, ਕੁਛ ਵੀ ਕਹੇ, ਚੜ੍ਹਦੀਆਂ ਕਲਾ ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਕੱਲ ਨਾ ਮੇਰਾ ਫੋਨ ਲੱਗਿਆ ਤੇ ਫਿਰ ਤੂੰ ਤਾਂ ਭਾਈ ਮੇਰਾ ਫੋਨ ਹੀ ਨਾ ਚੱਕਿਆ ਤੇ ਹਾਰ ਕੇ ਫਿਰ ਨਹੀਂ ਮੈਂ ਚੱਕਿਆ, ਤੇ ਹੁਣ ਚੱਕਿਆ ਨਹੀਂ, ਹੁਣ ਤੁਹਾਡਾ ਚੱਕਿਆ। ਚਲੋ ਬੜੀ ਮਿਹਰਬਾਨੀ, ਬੜੀ ਮਿਹਰਬਾਨੀ ਤੁਹਾਡੀ, ਬੜੀ ਮਿਹਰਬਾਨੀ, ਬੜੀ ਮਿਹਰਬਾਨੀ। ਮੈਨੂੰ ਐਂ ਲੱਗਿਆ ਵੀ ਮਾਸੀ ਕਹਿੰਦੀ ਮੈਂ ਕੋਈ ਡਾਕਟਰ ਨਹੀਂ ਛੱਡਿਆ, ਵੀ ਕਿਤੇ ਸਾਰੇ ਭੜਕਾ ਤੇ। ਉਹਨਾਂ ਦਾ ਕਹਿਣ ਦਾ ਮਤਲਬ ਇਲਾਜ ਕਰਾਉਣ ਤੋਂ ਕੋਈ ਨਹੀਂ ਛੱਡਿਆ, ਪਰ ਇੱਕ ਤੋਂ ਆਰਾਮ ਨਹੀਂ ਆਉਂਦਾ, ਦੂਏ ਕੋਈ ਡਾਕਟਰ ਬੰਦਾ ਚੇਂਜ ਕਰਦਾ, ਆਪਣੇ ਦੂਏ ਤੋਂ ਨਹੀਂ ਆਉਂਦਾ ਤਾਂ ਤੀਆ ਚੇਂਜ ਕਰਦਾ। ਪਰ ਪੰਜਾਬ ਦੀ ਐਸੀ ਤਰਾਸੀ ਹੈ ਕਿ ਪੰਜਾਬ ਨੂੰ ਆਰਾਮ ਨਹੀਂ ਆ ਰਿਹਾ, ਪੰਜਾਬ ਨੂੰ ਆਰਾਮ ਨਹੀਂ ਆ ਰਿਹਾ। ਅਤੇ ਪੰਜਾਬ ਵੀ ਕਦੇ ਇੱਕ ਡਾਕਟਰ ਕੋਲ ਚੱਲ ਜਾਂਦਾ, ਕਦੇ ਦੂਜੇ ਕੋਲ ਚੱਲ ਜਾਂਦਾ, ਉਹ ਕੋਲ ਆਰਾਮ ਨਹੀਂ ਆਉਂਦਾ ਪਹਿਲੇ ਕੋਲ ਚੱਲ ਜਾਂਦਾ, ਪਹਿਲੇ ਕੋਲ ਆਰਾਮ ਨਹੀਂ ਦੂਜੇ ਕੋਲ ਚੱਲ ਜਾਂਦਾ। ਤੀਜਾ ਡਾਕਟਰ ਟਰਾਈ ਨਹੀਂ ਕਰ ਰਿਹਾ ਪੰਜਾਬ, ਪੰਜਾਬ ਨੂੰ ਕੋਈ ਤੀਜਾ ਡਾਕਟਰ ਟਰਾਈ ਕਰਨਾ ਪੈਣਾ ਤਾਂ ਭਾਵੇਂ ਪੰਜਾਬ ਨੂੰ ਆਰਾਮ ਆ ਜਾਏ। ਗੱਲ ਚੱਲੀ ਹਸਪਤਾਲਾਂ ਦੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ, ਜਿਹੜੇ ਡਾਕਟਰ ਹੈਗੇ ਨੇ, ਡਾਕਟਰ ਪਿੰਡਾਂ ਦੇ ਵਿੱਚ ਇੱਕ ਡਾਕਟਰ ਹੁੰਦੇ ਨੇ ਨੀਮ ਹਕੀਮ ਜਿਹਨੂੰ ਅਸੀਂ ਕਹਿ ਦਿੰਦੇ, ਜਿਹੜੇ ਕਿ ਕਿਸੇ ਡਾਕਟਰ ਨਾਲ 4 ਮਹੀਨੇ ਲਾ ਕੇ ਅਤੇ ਮੁੜ ਕੇ ਕੰਬੋਡਰੀ ਕਰਕੇ ਅਤੇ ਆਪਣਾ ਕਲੀਨਿਕ ਖੋਲ੍ਹ ਕੇ ਬਹਿਣ ਦੇ ਪਿੰਡ ਦੇ ਵਿੱਚ। ਇਹ ਵੀ ਸੱਚੀਆਂ ਗੱਲਾਂ ਅਸੀਂ ਕੈਸਟਾਂ ਦੇ ਵਿੱਚ ਵੀ ਕੀਤੀਆਂ ਸੀਗੀਆਂ। ਇੱਕ ਡਾਕਟਰ ਨੇ ਪਿੰਡ ਦੇ ਵਿੱਚ ਆਪਣਾ ਕਲੀਨਿਕ ਖੋਲ੍ਹਿਆ ਸੀਗਾ, ਉਹਨੇ ਹੁਣ ਕਲੀਨਿਕ ਤਾਂ ਚੱਲਦਾ ਨਹੀਂ ਸੀ ਬਾਹਲਾ, ਫਿਰ ਨਾਲ ਉਹਨੇ ਸਬਜ਼ੀ ਵੀ ਰੱਖ ਲਈ, ਉਹਨੇ ਗੋਭੀ ਵੀ ਰੱਖ ਲਈ, ਉਹਨੇ ਸਾਰਾ ਕੁਝ ਨਾਲ ਰੱਖ ਕੇ ਅਤੇ ਸਾਰਾ ਕੁਝ ਉੱਥੇ ਵੇਚੀ ਵੇਚੀ ਜਾਂਦਾ ਸੀ। ਅਤੇ ਪੈਟਰੋਲ ਵੀ ਰੱਖ ਲਿਆ ਪਿੰਡ 'ਚ, ਪੈਟਰੋਲ ਨਹੀਂ ਮਿਲਦਾ ਸੀ, ਪੈਟਰੋਲ ਵੀ ਰੱਖ ਲਿਆ। ਜਦੋਂ ਪੈਟਰੋਲ ਵੀ ਰੱਖ ਲਿਆ ਤਾਂ ਇੱਕ ਦਿਨ ਉਹ ਕਿਤੇ ਟੀਕਾ ਗਲਤੀ ਨਾਲ ਉਹਦੇ ਲੱਬੀ ਬਪੂਆ ਦੇ ਉਹ ਦਵਾਈ ਦੀ ਬਜਾਏ ਪੈਟਰੋਲ ਦਾ ਭਰਕ ਲਾਤਾ ਸੀ ਉਹਨੇ। ਉਹ ਪਤੰਦਰ ਇਹੋ ਜਿਹਾ ਸੀਗਾ, ਗਲੂਕੋਜ ਨਾ ਬਾਂਹ 'ਚ ਲਾਉਣ ਦੀ ਬਜਾਏ ਗਲਾਸ 'ਚ ਪਾ ਕੇ ਪਿਆ ਦਿੰਦਾ ਸੀ, ਕਹਿੰਦਾ ਅੰਦਰ ਹੀ ਜਾਣਾ ਜਿੱਦਾਂ ਮਰਜ਼ੀ ਚਲੇ ਗਿਆ। ਇਹੋ ਜਿਹੇ ਹਜ਼ਾਰਾਂ ਡਾਕਟਰਾਂ ਨਾਲ ਤੁਹਾਡਾ ਵਾਹ ਪਿਆ ਹੋਊਗਾ, ਚੰਗਿਆਂ ਨਾਲ ਵੀ, ਮਾੜਾਂ ਨਾਲ ਵੀ। ਉਹ ਆਪਾਂ ਅੱਜ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਕਰਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ। ਦੇਖਦੇ ਰਹੋ ਜਸ ਪੰਜਾਬੀ। ਜੀ ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਅਤੇ ਫਟਾਫਟ ਲੈਂਦੇ ਹਾਂ ਤੁਹਾਡੀਆਂ ਕਾਲਾਂ, ਜਾਣਦੇ ਹਾਂ ਤੁਹਾਡੇ ਵਿਚਾਰ, ਕੋਈ ਤਜਰਬਾ ਚੰਗਾ ਮਾੜਾ ਆਪਾਂ ਸਾਂਝਾ ਕਰੀਏ। ਖਾਸ ਤੌਰ 'ਤੇ ਮੇਰਾ ਮਕਸਦ ਜਿਹੜਾ ਅੱਜ ਦਾ ਵਿਸ਼ਾ ਰੱਖਣ ਦਾ ਇਹ ਹੈ ਕਿ ਜਿਹੜੀ ਪ੍ਰਾਈਵੇਟ ਹੋਸਪਿਟਲਾਂ ਦੇ ਵਿੱਚ ਹੁੰਦੀ ਲੁੱਟ ਖਸੁੱਟ ਅਸੀਂ ਕਹਿ ਦਿੰਦੇ ਹਾਂ, ਖਾਸ ਤੌਰ 'ਤੇ ਬਾਹਰਲੇ ਬੰਦੇ ਦੇਖ ਕੇ, ਤਾਂ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਅਗਲੀ ਕਾਲ ਲੈਣੇ। ਹੈਲੋ ਹੈਲੋ ਜੀ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੱਗੀ ਵੀਰ, ਕੀ ਹਾਲ ਚਾਲ ਆ? ਬਹੁਤ ਵਧੀਆ ਜੀ, ਬਹੁਤ ਵਧੀਆ। ਕਰੋ ਵਿਚਾਰ ਸਾਂਝੇ ਆਪਣੇ ਕੋਲ। ਵਿਚਾਰ ਇੱਦਾਂ ਦੇ, ਡਾਕਟਰ ਉੱਥੇ ਬਹੁਤ ਸਿਆਣੇ ਸਿਆਣੇ ਆ, ਪਰ ਹੁਣ ਸਿਸਟਮ ਦਾ ਜਿਹੜਾ ਬੇੜਾ ਬੈਠਾ ਆ, ਸਿਸਟਮ ਕਿਸੇ ਘਰ ਪਾਸੇ ਨਹੀਂ ਲੱਗਣ ਦਿੰਦਾ, ਜਿੱਦਾਂ ਕੋਈ ਕਿਸੇ ਦਾ ਨਹੀਂ। ਅਤੇ ਬਾਕੀ ਜਿਹੜਾ ਸਾਡੇ ਇੱਕ ਜਲੰਧਰ ਡਾਕਟਰ ਹੁੰਦਾ, ਸ਼ਾਇਦ ਤੂੰ ਵੀ ਜਾਂਦਾ, ਸਿਵਲ ਸਰਜਨ, ਫਿਰ ਉਹਨੇ ਆਪਣਾ ਹਸਪਤਾਲ ਖੋਲ੍ਹ ਲਿਆ ਸੀ ਅਤੇ ਉਹ ਚੀਰਾ ਦੇ ਕੇ ਬਾਹਰ ਆ ਜਾਂਦਾ ਸੀ, ਕਹਿੰਦਾ ਸੀ ਇੰਨੇ ਪੈਸੇ ਜਦੋਂ ਟੰਗ ਕੇ ਲਾਊਂਗੇ ਨੇ, ਮਰੀਜ਼ ਵੱਢਿਆ ਪਿਆ ਤੁਹਾਡਾ। ਅੱਛਾ ਜੀ। ਨਹੀਂ ਹਾਂਜੀ, ਇੱਦਾਂ ਦਾ ਸੀਗਾ, ਬੜਾ ਤਕੜਾ ਨਾਂ ਸੀ, ਬੜਾ ਸਿਵਲ ਸਰਜਨ ਹੈ। ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ, ਸਾਡੇ ਪਾਪਾ ਜੀ ਯਾਰ ਜੀ। ਅਤੇ ਬਾਕੀ ਵਿੱਚ ਭਲੇ ਵੀ ਹੈਗੇ ਹੁਣ, ਪੈਸਿਆਂ ਦੀ ਕਮੀ ਕੋਈ ਨਹੀਂ, ਹਸਪਤਾਲ ਬਹੁਤ। ਸਾਡੇ ਪਿੰਡ ਜੱਗੀ ਜੀ 20 ਸਾਲ ਪਹਿਲਾਂ ਇੱਦਾਂ ਦਾ ਹਸਪਤਾਲ ਬਣਿਆ ਸੀ, 3ਜੀ ਮੰਜ਼ਿਲ 'ਤੇ ਬੈੱਡ ਜਾਂਦਾ ਸੀ, ਇੱਦਾਂ ਸੜਕ ਵਾਂਗੂ ਸੜਕ ਜੀ ਬਣਾਈ ਸੀ ਸਾਈਡ 'ਤੇ। ਅੱਛਾ ਅੱਛਾ। ਪਰ ਹੁਣ ਉਹ ਸਾਰਾ ਉੱਥੇ ਟੈਟੂ ਗਿਆ, ਕੋਈ ਪੁੱਛਦਾ ਨਹੀਂ, ਬੰਦ ਪਿਆ ਕਮਰੇ ਸਾਰੇ, ਕੋਈ ਨਹੀਂ ਪੁੱਛਦਾ। ਇੱਦਾਂ ਸਾਡੇ ਬੰਗੀ ਹਸਪਤਾਲ ਬਣੇ, ਉੱਥੇ ਇੱਕ ਲਾਲਾ ਜੀ ਉਹ ਪਾਈ ਆ ਪਈ ਆ ਦੁੱਧ, ਸਵੇਰ ਨੂੰ ਸਾਰੇ ਮਰੀਜ਼ਾਂ ਨੂੰ ਦੇ ਕੇ ਜਾਂਦੇ ਮੰਜੇ ਦੇ ਕੋਲ ਆ ਕੇ। ਮਾੜਾ ਹੋਲਡ ਰੱਖਿਓ। ਹਾਂਜੀ ਸੁਰਿੰਦਰ ਸਿੰਘ ਜੀ। ਅਤੇ ਇੱਕ ਘਟਨਾ ਮੈਂ ਸੁਣਾਉਣਾ, ਸਾਡੇ ਨਾ ਕੁੜੀ ਕੰਮ ਕਰਦੀ ਸੀ ਅਤੇ ਉਹਦਾ ਮੁੰਡਾ ਡਿੱਪਿਆ, ਜਾਮਣਾ ਤੋੜਨ ਗਿਆ ਸੀ ਅਤੇ ਉਹਨੂੰ ਲੁਧਿਆਣੇ ਲੈ ਗਏ, 2-3 ਦਿਨ ਰੱਖਿਆ ਦਾਖਲ। ਅਤੇ ਉਹ ਇੱਕ ਦਿਨ ਕਹਿੰਦੀ ਭਾਜੀ ਨਾਲੇ ਪੈਸੇ ਦੇ, ਨਾਲੇ ਮੇਰੇ ਨਾਲ ਚੱਲੋ। ਅਸੀਂ ਗਏ, ਉਹ ਡਾਕਟਰ ਕੋਈ ਸਾਨੂੰ ਕੁੜੀ ਭਲੀ ਮਿਲ ਗਈ, ਨਰਸ ਉਹ ਕਹਿੰਦੀ ਭਾਜੀ ਇਹ ਮੁੰਡਾ ਹੈਗਾ ਮਰਿਆ ਆ, ਇਹ ਵੈਂਟੀਲੇਟਰ 'ਤੇ ਰੱਖਿਆ ਹੈ ਨਹੀਂ, ਅਤੇ ਕਿਸੇ ਤਰ੍ਹਾਂ ਤੁਸੀਂ ਲੈ ਜਾਓ ਅਤੇ ਫਲਾਨੇ ਡਾਕਟਰ ਨੂੰ ਮਿਲ ਲਓ। ਅਸੀਂ ਉਹ DMC ਸੀਗਾ, ਡਾਕਟਰ ਚੰਗਾ ਕੋਈ ਸਾਨੂੰ ਮਿਲ ਗਿਆ। ਉਹ ਕਹਿੰਦਾ ਮੈਂ ਤੁਹਾਨੂੰ ਇਹਨੀ ਇੱਦਾਂ ਨਹੀਂ, ਤੁਹਾਨੂੰ ਇਹ ਬੰਦਾ ਦੇਣਾ, ਮਰ ਕੇ ਮਰਿਆ ਨਹੀਂ ਦੇਣਾ, ਲਾਸ਼ ਨਹੀਂ ਦੇਣੀ ਇਹਦੀ, ਤੁਸੀਂ ਇਹਨੂੰ ਨਾ ਮੈਂ ਟ੍ਰਾਂਸਫਰ ਕਰ ਦਿੰਦਾ ਤੁਹਾਨੂੰ, ਅਸੀਂ PGI ਲਿਜਾਣਾ ਆ। ਅਤੇ ਤੁਸੀਂ ਇੱਦਾਂ ਕਰੋ, ਮੇਰੇ ਤੋਂ ਪੇਪਰ ਲੈ ਕੇ ਪਿਛਲੇ ਪਾਸੇ ਗੱਡੀ ਲਾ ਲਓ ਅਤੇ ਇਹਨੂੰ ਦਵਾ ਸੱਟ, ਜਦੋਂ ਮੈਂ ਪੇਪਰ ਦੇਊਂਗਾ ਚੱਕ ਕੇ ਗੱਡੀ ਸਿੱਟ ਕੇ ਨੱਠ ਜਿਓ ਪਿਛਲੇ ਪਾਸੇ ਗੇਟ ਥਾਣੀ, ਗੱਡੀ ਲਾ ਕੇ ਮੇਰੇ ਕੋਲ ਆਇਓ। ਅਸੀਂ ਪਿਛਲੇ ਪਾਸੇ ਜੱਗੀ ਜਾ ਕੇ ਗੱਡੀ ਲਾਈ, ਉੱਥੋਂ ਚਾਦਰ ਲਿਆਂਦੀ, ਚਾਦਰ 'ਚੋਂ ਮੁੰਡਾ ਸਿੱਟ ਕੇ, ਉਦੇ ਗੱਡੀ ਮਰੂਤੀ ਵੈਨ ਸੀ ਉਹਦੀ ਡਿੱਗੀ 'ਚ ਸਿੱਟ ਕੇ, ਪਿੰਡ ਲਿਆ ਕੇ ਉਹਦੇ ਕੱਪੜੇ ਪਏ ਵਿਚਾਰਾ ਨੰਗੇ, ਉੱਥੋਂ ਚੱਕ ਲਿਆਂਦਾ। ਜੋ ਡਾਕਟਰ ਭਲਾ ਨਾ ਮਿਲਦਾ ਤੇ ਉਹਨੇ ਉੱਥੇ ਪਤਾ ਨੀ ਕਿੰਨੇ ਦਿਨ, 2-4 ਦਿਨ 5 ਦਿਨ ਉੱਤੇ ਲਾਈ ਰੱਖਣਾ ਤੇ ਕਿੰਨੇ ਗਰੀਬਾਂ ਦੇ ਪੈਸੇ ਬਣਾ ਦੇਣੇ ਸੀ, ਮੁੰਡਾ ਮਰਿਆ। ਜਿਹੜੀ ਹਸਪਤਾਲ ਦੀ ਮੈਂ ਸਟੋਰੀ ਸੁਣਾਈ ਉਹ ਵੀ ਏਦਾਂ ਹੀ ਸੀ ਵੀ ਉਹ। ਚਲੋ ਬੜੀ ਮਿਹਰਬਾਨੀ, ਬਹੁਤ ਮਿਹਰਬਾਨੀ ਕਾਲ ਕਰਨ ਵਾਸਤੇ ਤੁਹਾਡਾ, ਬਹੁਤ ਧੰਨਵਾਦ। ਹੈਲੋ ਹੈਲੋ
ਹੈਲੋ, ਸਤਿ ਸ਼੍ਰੀ ਅਕਾਲ ਜੱਗੀ ਭਾਜੀ, ਕੀ ਹਾਲ ਜੇ? ਜੀ ਠੀਕ ਠਾਕ ਸਰ, ਠੀਕ ਠਾਕ ਜੀ। ਹਾਂਜੀ, ਮੈਂ ਹਰਪ੍ਰੀਤ ਬੋਲ ਰਿਹਾ ਆਪਣੇ ਕੈਲੀਫੋਰਨੀਆ ਤੋਂ। ਜੀ ਹਰਪ੍ਰੀਤ ਜੀ, ਹਾਂਜੀ, ਕੀ ਕਹਿਣਾ ਚਾਹੁੰਦੇ ਭਾਜੀ? ਮੇਰੀਆਂ ਦੋ ਗੱਲਾਂ ਨੇ, ਦੋਵੇਂ ਗੱਲਾਂ ਸੁਣਿਓ ਜ਼ਰੂਰ ਜੀ। ਇੱਕ ਕੱਲ੍ਹ ਜਾਂ ਪਰਸੋਂ ਪ੍ਰੋਗਰਾਮ ਆ ਰਿਹਾ ਸੀ ਭੈਣ ਜੀ ਹੁਣਾਂ ਦਾ, ਵੀ ਚੰਦਰਮਾ 'ਤੇ ਟਿਕਟਾਂ ਬੁੱਕ ਕਰਵਾਉਂਦੀਆਂ ਜੀ। ਉਹਦੇ ਵਿੱਚ ਇੱਕ ਭਾਈ ਸਾਹਿਬ ਬੋਲੇ ਸੀ ਵੀ ਜਿਹੜੀਆਂ ਬੀਬੀਆਂ ਟਿਕਟਾਂ ਬੁੱਕ ਕਰਾ ਰਹੀਆਂ, ਉਹਨਾਂ ਨੇ ਕਦੀ ਬੋਤਲ ਖੂਨ ਦੀ ਦਾਨ ਕੀਤੀ ਕਿ ਨਹੀਂ ਕੀਤੀ? ਉਹਨਾਂ ਭਾਈ ਸਾਹਿਬ ਨੂੰ ਕਿਹੜੇ ਪ੍ਰੋਗਰਾਮ ਦੀ ਗੱਲ ਕਰਦੇ ਹੋ? ਕਿਹੜੇ ਸਾਹਿਬ ਤੁਸੀਂ ਕਿਹੜੇ ਪ੍ਰੋਗਰਾਮ ਦੀ ਗੱਲ ਕਰਦੇ ਹੋ? ਆਪਣੇ ਭੈਣ ਜੀ ਹੁਣੀ ਨਹੀਂ ਨਹੀਂ ਆਪਾਂ ਆਪਣੇ ਪ੍ਰੋਗਰਾਮ ਦੀ ਗੱਲ ਕਰੀਏ ਹਰਪ੍ਰੀਤ ਜੀ, ਆਪਾਂ ਆਪਣੇ ਪ੍ਰੋਗਰਾਮ ਦੀ ਗੱਲ ਕਰੀਏ। ਅਸੀਂ ਆਪਾਂ ਜਿਹੜੀ ਗੱਲ ਕਰਦੇ ਹਾਂ ਆਪਾਂ ਉਹ ਪ੍ਰੋਗਰਾਮ ਦੀ ਗੱਲ ਉਸ ਪ੍ਰੋਗਰਾਮ 'ਚ ਕਰਿਓ। ਚਲੋ ਤੁਹਾਡੇ ਪ੍ਰੋਗਰਾਮ ਦੀ ਕਰਦੇ ਗੱਲ, ਡਾਕਟਰਾਂ ਦੀ ਗੱਲ ਕਰੋ, ਕੋਈ ਪੰਜਾਬ ਦੀ ਹਸਪੀਟਲ ਦੀ ਕੋਈ ਅੱਜ। ਹਾਂਜੀ, ਪੰਜਾਬ ਦੀ ਆਪਣੇ ਨਾ ਅੱਜ ਕੱਲ੍ਹ ਬੜਾ ਰਿਵਾਜ਼ ਚੱਲ ਪਿਆ ਬੁੱਢਾ ਵੱਡਾ ਕਰਨਾ ਜਾਂ ਬਜ਼ੁਰਗ ਵੱਡਾ ਕਰਨਾ। ਹਾਂਜੀ, ਉਹ ਇੱਦਾਂ ਬਜ਼ੁਰਗ ਵੱਡਾ ਕਰਨਾ, ਉਹਨਾਂ ਨੇ ਪੈਂਟ ਕੋਟ ਪਾਇਆ, ਐਨਕਾਂ ਲਾਈਆਂ, ਬਾਪੂ ਨੂੰ ਅਗਲੀ ਸੀਟ 'ਤੇ ਬਾਲਿਆ, ਬੈਲਟ ਲਾਈ, ਸੀਟ ਬੈਲਟ ਲਾਈ, ਤੁਰੇ ਜਾਣ ਸਸਕਾਰ ਕਰਨ ਨੂੰ, ਰਾਹ 'ਚ ਹੋ ਜਾਂਦਾ ਐਕਸੀਡੈਂਟ ਅਤੇ ਉਹ ਨਾ ਉਹ 5 ਨੰਬਰ ਕਿ 6 ਨੰਬਰ ਵਾਲੇ ਐਂਬੂਲੈਂਸ ਵਾਲੇ ਆਉਂਦੇ ਆਪਣੇ ਇੰਡੀਅਨ ਆਪਣੇ ਇੰਡੀਆ 'ਚ, ਜਿਨ੍ਹਾਂ ਨੂੰ ਸੱਟਾਂ ਲੱਗੀਆਂ ਉਹਨਾਂ ਦੇ ਚੁੱਕ ਕੇ ਨਾ ਖੜਿਆ, ਬਾਪੂ ਨੂੰ ਲਾ ਕੇ ਚੁੱਕ ਕੇ ਲਿਜਾ ਕੇ ਲਾਤਾ ACU 'ਤੇ। ਗੱਲ ਬੜੀ ਇੰਟਰਸਟਿੰਗ ਹੈ, ਸੁਣਾਓ ਪੂਰੀ ਸੁਣਾਓ, ਮੈਨੂੰ ਹੁਣ ਸਮਝ ਆਈ। ਹਾਂਜੀ 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 ਹਾਂਜੀ, ਉਹ ਲਾਤਾ ACU, ਉਹ ਕਹਿੰਦਾ ਵੀ ਉਹ ਪਰੇਸ਼ਾਨ ਘਰ ਵਾਲੇ ਵੀ ਹੱਥ ਹੋ ਗਈ ਬਾਪੂ ਦਾ ਸੰਸਕਾਰ ਕਰਨਾ, ਇਹ ਕਹਿੰਦੇ ਬਾਪੂ ਜਿੰਦਾ ਜਿਹੜੇ ਪਤੇ 'ਚ ਪੱਥਰੀਆਂ ਉਹ ਕੱਢਣੀਆਂ ਨੇ, ਉਹ ਕਰ ਕੁਰ ਕੇ ਬਾਥੂ 'ਤੇ ਜੋੜੇ। ਉਹਨਾਂ ਕਿਹਾ ਵੀ ਡਾਕਟਰ ਸਾਹਿਬ ਇੱਦਾਂ ਵਾ ਵੀ ਬਾਪੂ ਸਾਨੂੰ ਦੇ ਦਿਓ, ਜਦੋਂ ਸੰਸਕਾਰ ਕਰਾਂਗੇ ਫੁੱਲਾਂ 'ਚ ਪੱਥਰੀਆਂ ਵੀ ਬਾਹਰ ਆ ਜਾਣਗੀਆਂ। ਬਾਕੀ ਉਹ ਜ਼ਰੂਰ ਮੈਂ ਮੈਸੇਜ ਦਿਓ ਵੀ ਉਹ ਭਾਈ ਸਾਹਿਬ ਨੂੰ ਵੀ ਆਪਣੀ ਜਿਹੜੀ ਜ਼ਬਾਨ ਨਾਲ ਹੀ ਬੋਲਦੇ, ਉਹ ਫੋਨ ਵੀ ਮਾਂ ਦਾ ਹੀ ਗਿਆ ਤੇ ਫਿਰ ਉਹ ਜ਼ਬਾਨ 'ਚ ਸਾਡੇ ਵਰਲਡ ਆਉਂਦੇ। ਚਲੋ ਜ਼ਰੂਰ ਜੀ, ਮੈਂ ਤੁਹਾਡਾ ਸੁਨੇਹਾ ਜ਼ਰੂਰ ਪਹੁੰਚਾ ਦੂੰਗਾ, ਬੜੀ ਮਿਹਰਬਾਨੀ ਹਰਪ੍ਰੀਤ ਜੀ। ਹੈਲੋ ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਥੋੜੀ ਜਿਹੀ ਪੁਰਾਣੀ ਪਿਛਲੇ ਸਾਲ ਦੀ ਗੱਲ ਆ, ਇਸੇ ਸਾਲ ਦੀ ਅੱਜ ਮੈਂ ਕਿਹਾ ਇੰਡੀਆ ਗਿਆ ਵਾ, ਚੱਲ ਆਪਣੀ ਚੈੱਕਅਪ ਜੀ ਕਰਾ ਲੈਂਦਾ। ਅੱਛਾ ਜੀ। ਆ ਲਾਜਵੰਤੀ ਹਸਪੀਟਲ ਆ ਜਲੰਧਰ, ਮੈਂ ਉੱਥੇ ਗਿਆ, ਟੈਸਟ ਸਾਰੇ ਕਰਾਏ, ਬਲੱਡ ਟੈਸਟ ਸਾਰਾ ਕੁਝ ਜਿੱਦਾਂ ਕਰਾ ਲੈਂਦਾ ਬੰਦਾ, ਤੇ ਮੈਨੂੰ ਕਹਿੰਦੇ ਤੇਰੇ ਪਿੱਤੇ ਚ ਪੱਥਰੀ ਆ। ਅੱਛਾ ਅੱਛਾ, ਡਾਕਟਰ ਕੋਲ ਭੇਜ ਦਿੱਤਾ ਤੇ ਕਹਿੰਦਾ ਪੱਥਰੀ ਆ। ਮੈਂ ਕਿਹਾ ਯਾਰ ਪੱਥਰੀ ਮੈਨੂੰ ਕਦੇ ਮਹਿਸੂਸ ਤਾਂ ਕੁਛ ਹੋਇਆ ਨੀ, ਮੈਨੂੰ ਕਈ ਬਿਮਾਰੀਆਂ ਗਣਾ ਤੀਆਂ ਇੱਥੇ ਕਰਕੇ, ਯਾਨੀ ਕਿ ਮੈਨੂੰ ਇੱਥੇ ਕਰ ਦਿੱਤਾ ਵੀ ਕਹਿੰਦਾ ਹੁਣੇ ਦਾਖਲ ਹੋ ਜਾ, 50,000 ਰੁਪਇਆ ਜਮਾ ਕਰਾ ਲਾ, 1,50,000 ਰੁਪਇਆ ਲੱਗਣਾ, ਬਾਕੀ ਦਵਾਈਆਂ ਦੁਵਾਈਆਂ ਦੇ ਵੱਖਰੇ ਆ। ਅੱਛਾ ਜੀ। ਮੈਂ ਕਿਹਾ ਮੈਂ ਤਾਂ ਕਰਦਾ ਹੀ ਹਾਂ ਬਈ, ਮੇਰੇ ਨਾਲ ਇੱਥੇ ਪੈਸੇ ਨਾ ਪੁੱਛ ਲਿਆ ਵੀ ਮੈਂ ਦੇਖਦਾ, ਮੈਂ ਸਲਾਹ ਕਰਕੇ ਦੱਸਦੇ ਆ। ਤੇ ਚਲੋ ਉਹ ਤੋਂ ਮੈਂ ਜੱਪ ਤੱਕ ਕਰਕੇ ਆ ਕੇ ਮੈਂ ਡਾਕਟਰ ਨੂੰ ਉੱਥੇ ਦੱਸਿਆ, ਤੇ ਇੱਥੇ ਜਦੋਂ ਅਲਟਰਾਸਾਊਂਡ ਕੀਤਾ ਤੇ ਕਹਿੰਦੇ ਤੁਹਾਨੂੰ ਫੋਨ, ਕਹਿੰਦਾ ਤੇਰੇ ਪਿੱਤੇ ਚ ਪੱਥਰੀ ਆ, ਕਲੀਅਰ ਆ ਬਿਲਕੁਲ। ਅੱਛਾ। ਤੇ ਮੈਂ ਤਾਂ ਉਹਨੇ ਉੱਥੇ ਪਿੱਤਾ ਖਾਧਾ ਨਾ, ਇੰਨਾ 1.5 ਲੱਖ ਰੁਪਈਆ ਦਾ ਦਿੰਦਾ ਕੰਮ। ਵੈਸੇ ਤਾਂ ਕਮਾਲ ਦੇ ਕਿੱਸੇ ਨੇ ਪ੍ਰਾਈਵੇਟ ਡਾਕਟਰਾਂ ਦੇ, ਕਈਆਂ ਦੇ ਤਾਂ ਕਮਾਲ ਦੇ ਕਿੱਸੇ ਨੇ। ਹਾਲਾਂਕਿ ਡਾਕਟਰੀ ਪੇਸ਼ਾ ਸਭ ਤੋਂ ਪਵਿੱਤਰ ਪੇਸ਼ਾ ਸਮਝਿਆ ਜਾਂਦਾ ਸੀਗਾ, ਕਰਪਸ਼ਨ ਫਰੀ ਪੇਸ਼ੇ ਅਗਰ ਦੁਨੀਆ ਦੇ ਵਿੱਚ ਗਿਣੇ ਜਾਂਦੇ ਸੀ, ਖਾਸ ਤੌਰ 'ਤੇ ਅਸੀਂ ਭਾਰਤ ਦੀ ਗੱਲ ਕਰੀਏ, ਇੱਕ ਡਾਕਟਰੀ ਪੇਸ਼ਾ, ਇੱਕ ਆਰਮੀ, ਵੀ ਦੋ ਜਿਹੜੇ ਕਿੱਤੇ ਨੇ, ਦੋ ਜਿਹੜੇ ਕੰਮ ਨੇ, ਦੋ ਜਿਹੜੇ ਫੀਲਡ ਹੈਗੇ, ਇਹਨਾਂ ਦੇ ਵਿੱਚ ਕਰਪਸ਼ਨ ਜਾਂ ਇਹਨਾਂ ਦੇ ਵਿੱਚ ਕੁਛ ਇਹੋ ਜਿਹਾ ਨਹੀਂ ਹੈ, ਬਿਲਕੁਲ ਇਮਾਨਦਾਰੀ ਹੈ। ਅਤੇ ਹੁਣ ਮੇਰਾ ਖਿਆਲ ਵੀ ਹੁਣ ਆਰਮੀ ਹਜੇ ਥੋੜ੍ਹੀ ਜਿਹੀ ਬਚੀ ਹੋਈ ਹੈ, ਉੱਥੇ ਵੀ ਸ਼ਾਇਦ ਚੱਲਦਾ ਹੋਵੇ। ਹਾਂਜੀ, ਉਹਦੇ ਬਾਕੀ ਵੀ ਖਿਆਲ ਸੀਗਾ ਮੈਨੂੰ, ਜਿਹੜੇ ਆ ਕਈ ਬਿਮਾਰੀਆਂ ਏਦਾਂ ਹੁੰਦਾ ਹੋਣਾ, ਤੁਹਾਨੂੰ ਚੱਕਰ ਆਉਂਦੇ ਹੋਣੇ ਆ, ਆ ਹੁੰਦਾ ਹੋਣਾ, ਤੇ ਦਰਦ ਹੁੰਦੀ ਹੋਣੀ ਆ, ਹੈਂ ਉਹ ਫਿਰ ਮੈਨੂੰ ਤਾਂ ਲੱਗ ਗਿਆ ਮੇਰੀ ਤਾਂ ਦਰਦ ਹੋਈ ਤਾਂ ਫਿਰ ਹੋਈ ਨਹੀਂ। ਅੱਛਾ ਜੀ, ਹੋਏ ਹੋਏ ਹੋਏ। ਹਾਂਜੀ ਹਾਂਜੀ, ਵੈਸੇ ਇਹ ਚੀਜ਼ਾਂ ਇਹਨਾਂ ਦਾ ਫਿਰ ਜ਼ਿੰਮੇਵਾਰ ਕੌਣ ਹੈ ਅਤੇ ਇਹਦਾ ਹੱਲ ਕੀ ਹੈ ਜੀ ਇਸ ਚੀਜ਼ ਦਾ? ਮੇਰਾ ਖਿਆਲ ਸਰਕਾਰਾਂ ਹੀ ਜ਼ਿੰਮੇਵਾਰ ਨੇ। ਹਾਂਜੀ, ਬਾਕੀ ਉਹ DMC ਦੀ ਗੱਲ ਆ, ਉਹ ਹੈ ਨਾ ਮੇਰੇ ਕਾਫੀ ਰੈਂਟਾਂ ਗਿਆ ਉੱਥੇ, ਜਿੱਦਾਂ ਹੈ ਨਾ ਸਾਨੂੰ ਬੜਾ ਕਿੱਦਾਂ ਛੜਾ ਕੇ ਲਿਆਉਂਦੇ ਉੱਥੋਂ, ਯਾਨੀ ਕਿ ਬੜੀ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਤੁਹਾਡੀ। ਹੈਲੋ ਹੈਲੋ
ਹਲੋ ਵੀ ਜੱਗੀ ਸਾਹਿਬ ਮੇਰਾ ਥੋੜ੍ਹਾ ਜਿਹਾ ਰਹਿ ਗਿਆ ਸੀ ਕੰਮ ਦੱਸਣ ਕੀ ਰਹਿ ਗਿਆ ਸੀ ਜਿਹੜੀ ਮੇਰੇ ਮੇਰੇ ਉਹਦੀ ਵਿਸ਼ੇ ਦੀ ਗੱਲ ਕਰੋ ਨਾ ਉਹਦੀ ਡਾਕਟਰ ਦੀ ਦੱਸੋ। ਹਾਂ ਮੈਂ ਡਾਕਟਰਾਂ ਬਾਰੇ ਹੀ ਕਰਨੀ ਹੈ। ਹਾਂਜੀ ਅਤੇ ਫਿਰ ਨਾ ਦੇਖੋ ਵੀ ਜਿਹੜਾ DMC ਆ ਲੁਧਿਆਣੇ ਨਹੀਂ ਨਾ ਹੈ ਨਾ ਲਓ ਨਾ ਨਾ DMC ਆ ਹਸਪੀਟਲ ਨਹੀਂ ਉਹ ਮੈਨੂੰ ਪਤਾ ਮੈਂ ਕਿਹਾ ਕਿਸੇ ਹਸਪਤਾਲ ਦਾ ਬੋਲੋ ਹਸਪੀਟਲ ਚਲੋ ਉੱਥੇ ਹਸਪੀਟਲ ਬਹੁਤ ਆ ਬਹੁਤ ਵਧੀਆ ਅਤੇ ਫਿਰ ਮੇਰੀ ਕੁੜੀ ਉੱਥੇ ਸੀਗੀ DMC 'ਚ ਅਤੇ ਉਹ ਸਾਡੇ ਪਿੰਡੋਂ ਨਾ ਮੁੰਡਾ ਸਾਡੇ ਗਵਾਂਢ ਹੀ ਅਤੇ ਉਹਦੇ ਨਾ ਕੱਚ ਵੱਜਿਆ ਜੱਗੀ ਹੈ ਕੱਚ ਵੱਜਿਆ ਅਤੇ ਸਾਡੇ ਪਿੰਡ 'ਚ ਹੀ ਲੈ ਗਈ ਉਹਨੂੰ ਉਹਦੀ ਮਾਂ ਅਤੇ ਉਹਨੇ ਪਾਈ ਖਾਣੀ ਕੱਚ ਕਿਵੇਂ ਕੱਢਿਆ ਅਤੇ ਉਹਨੂੰ ਹੋ ਗਿਆ ਧੜਖਵਾ ਧੜਖਵਾ ਕੀ ਧੜਖਵਾ ਹੋ ਗਿਆ ਮੈਂ ਤੈਨੂੰ ਦੱਸਦੀ ਹਾਂ ਧੜਖਵਾ ਤੈਨੂੰ ਪਤਾ ਨਹੀਂ ਗਾ ਨਾ ਜੀ ਮੈਨੂੰ ਨਹੀਂ ਪਤਾ ਜੀ ਉਹ ਬਾਬਾ ਧੜਖਵਾ ਹੋ ਗਿਆ ਅਤੇ ਫਿਰ ਉੱਥੇ ਦਾਖਲ ਕਰਾਤਾ ਅਤੇ ਮੇਰੇ ਉਹ ਜਾਇਆ ਕਰੇ ਉਹਦੇ ਨਾਲ ਪਰਮਜੀਤ ਸੀਗੀ ਅਤੇ ਕਹਿੰਦੀ ਇੱਕ ਮੇਰੀ ਕੁੜੀ ਨਾਲ ਲੱਖੀ ਲਖਵਿੰਦਰ ਉਹ ਕਹਿ ਰਿਹਾ ਕਰੇ ਲੱਖੀ ਲਖਵਿੰਦਰ ਉੱਤੇ ਨਾਂਦੇ ਅਤੇ ਇਹਨੂੰ ਬਚਾ ਲਾ ਅਤੇ ਦੇਖ ਰਿਹਾ ਉੱਥੇ ਮੁੰਡਾ ਉਹ ਕੌਮਾਂ 'ਚ ਰਿਹਾ ਕਿੰਨਾ ਚਿਰ ਕੌਮਾਂ 'ਚ ਅਤੇ ਫਿਰ ਕੌਮਾਂ ਦੇ ਵਿੱਚ ਹੁੰਦੀ ਹੈ ਨਾ ਉਹ ਬਚਦਾ ਨਹੀਂ ਹੁੰਦਾ ਬਹੁਤ ਮਿਹਰਬਾਨੀ ਰੱਖੀ ਰੱਖਦੇ ਹੈਗੇ ਬਹੁਤ ਮਿਹਰਬਾਨੀ ਕਾਲ ਕਰਨ ਵਾਸਤੇ ਬਹੁਤ ਮਿਹਰਬਾਨੀ ਪਰ ਧੜਕਵਾ ਜਿਹੜਾ ਉਹ ਮੈਨੂੰ ਅੱਜ ਨਵਾਂ ਲਫ਼ਜ਼ ਤੱਕ ਪਤਾ ਲੱਗਿਆ ਧੜਕਵਾ ਹੁੰਦਾ ਕੀ ਹੈ ਇਹ ਹੁਣ ਚਲੋ ਬਾਅਦ 'ਚ ਪੁੱਛਾਂਗੇ ਕਿਤੇ ਹੈਲੋ 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 ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਹਾਂਜੀ ਕੌਣ ਬੋਲਦੇ ਮੈਂ ਡਾਕਟਰ ਦੀ ਵੀ ਗੱਲ ਕਰੂੰਗੀ ਮੈਂ ਤੁਹਾਨੂੰ ਇੱਕ ਹੋਰ ਗੱਲ ਪੁੱਛਣੀ ਹੈ ਜੀ ਜ਼ਰੂਰ ਜੀ ਪਹਿਲਾਂ ਇੰਡੀਆ ਦੀ ਪ੍ਰੋਪਰਟੀ ਵੇਚਣ ਨੂੰ ਤੁਹਾਡਾ ਨੰਬਰ ਇੱਥੇ ਆਉਂਦਾ ਹੁੰਦਾ ਸੀ ਹੁਣ ਕੋਈ ਆਉਂਦਾ ਹੀ ਨਹੀਂ ਇੰਡੀਆ ਦੀ ਪ੍ਰੋਪਰਟੀ ਵੇਚਣ ਵਾਸਤਾ ਜਾਂ ਕਿਸੇ ਨਾਲ ਲੈਣੀ ਹੈ ਵੇਚਣੀ ਆ ਇਹ ਕੋਈ ਹਰਜਿੰਦਰ ਕੌਰ ਹੈ ਜੀ ਠੀਕ ਹੈ ਜੀ ਮੈਂ ਜ਼ਰੂਰ ਕੋਸ਼ਿਸ਼ ਕਰੂੰਗਾ ਜੀ ਅਤੇ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਹਸਪਤਾਲ ਦਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਪ੍ਰਾਈਵੇਟ ਹਾਂਜੀ ਹਸਪਤਾਲ ਦਾ ਜੀ ਫਰੀਦਾਬਾਦ ਮੇਰੀ ਭੈਣ ਦਾ ਮੁੰਡਾ ਬਿਮਾਰ ਸੀ ਭੁੱਖ ਨਹੀਂ ਸੀ ਲੱਗਦੀ ਉਹਨੂੰ ਹੋਰ ਕੋਈ ਜ਼ਿਆਦਾ ਬਿਮਾਰੀ ਵੀ ਨਹੀਂ ਸੀ ਭੁੱਖ ਨਹੀਂ ਸੀ ਲੱਗਦੀ ਉਹ ਹਸਪਤਾਲ ਦਾਖਲ ਕਰਾਤਾ ਹਸਪਤਾਲ ਦਾਖਲ ਕਰਾਇਆ ਵਾ ਜੀ ਉਹਨਾਂ ਨੇ ਇੰਨਾ ਮਰੀਜ਼ ਬਣਾ ਤਾ ਉਹ ਮੁੰਡਾ ਕਦੇ ਪੀਸਮੇਕਰ ਪਾ ਦੇਣ ਕਦੇ ਕੁਛ ਕਰ ਦੇਣ ਕਦੇ ਕੁਛ ਕਰ ਦੇਣ ਤੇ ਉਹ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਸਾਨੂੰ ਰਿਪੋਰਟਾਂ ਦੇ ਦੋ 5 ਲੱਖ ਰੁਪਇਆ ਲੱਗ ਗਿਆ ਤਾਂ ਨਾ ਤਾਂ ਰੋ ਕਹਿੰਦੇ ਅਸੀਂ ਬਾਹਰ ਨਹੀਂ ਦੇਣੀਆਂ ਰਿਪੋਰਟਾਂ ਆਪਣੀਆਂ ਹਾਏ 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 ਤੇ ਮੇਰੀ ਬੇਟੀ ਦੇ ਵੀ ਜੇ ਮੁੰਡਾ ਡਾਕਟਰ ਆ ਉਹ ਨਵਾਂ ਹੀ ਬਣਿਆ ਹੋਣੇ ਜੀ ਤਾਂ ਉਹਨਾਂ ਨੇ ਕਿਵੇਂ ਸੀ ਰਿਪੋਰਟਾਂ ਆਪਣੇ ਬੰਦੇ ਨੂੰ ਦਿਖਾਉਣੀਆਂ ਰਿਪੋਰਟਾਂ ਦੇ ਦੋ ਪਰ ਉਹਨਾਂ ਨੇ ਰਿਪੋਰਟਾਂ ਨਹੀਂ ਦਿੱਤੀਆਂ ਫਿਰ ਮੇਰੀ ਦਿੱਲੀ ਕੁੜੀ ਰਹਿੰਦੀ ਆ ਉਹ ਆਈ ਉਹ ਪੜ੍ਹੀ ਲਿਖੀ ਉਹ ਬੱਚੇ ਵੀ ਬਾਹਰ ਭੇਜਦੀ ਉਹਨਾਂ ਨੇ ਕਿਹਾ ਦੀਦੀ ਵੀ ਸਾਨੂੰ ਤਾਂ ਰਿਪੋਰਟਾਂ ਵੀ ਨਹੀਂ ਦਿੰਦੇ ਮੁੰਡਾ ਮੰਜੇ ਨੂੰ ਲੱਗ ਗਿਆ ਮਰਨੇ ਵਾਲਾ ਹੋ ਗਏ ਜਵਾਰ ਮੁੰਡਾ ਛੋਟੇ ਛੋਟੇ ਦੋ ਬੱਚੇ ਆ ਉਹਦੇ ਮੁੰਡਕਾ ਜੀ ਬਹੁਤ ਲੜਾਈ ਝਗੜਾ ਕਰਿਆ ਤੇ ਉਹਨਾਂ ਨੇ ਸਕਿਉਰਟੀ ਬੁਲਾ ਲਈ ਆਪਣੀ ਅੱਛਾ ਜੀ ਹਾਂਜੀ ਕਹਿੰਦੇ ਇਹਨੂੰ ਬਾਹਰ ਕੱਢੋ ਉਹ ਕਹਿੰਦੀ ਮੈਨੂੰ ਹੱਥ ਲਾ ਕੇ ਦਿਖਾ ਦੋ ਤੁਸੀਂ ਇੱਕ ਵਾਰ ਨਹੀਂ ਰਿਪੋਰਟਾਂ ਦੇਣੀਆਂ ਤਾਂ ਬਾਹਰ ਦੀ ਗੱਲ ਆ ਬਸ ਫਿਰ ਉਹ ਡਰ ਡੁੱਡ ਕੇ ਡਰ ਕੇ ਰਿਪੋਰਟਾਂ ਦਿੱਤੀਆਂ ਬਾਹਰ ਨਾ ਫਿਰ ਉੱਥੇ ਤੇ ਜਾ ਕੇ ਉਹਨਾਂ ਨਾਲ ਬੜੀ ਮੁਸ਼ਕਲ ਮੁੰਡਾ ਕਢਾਇਆ ਪੀਸ ਮੇਕਰ ਲਟਕਾਤਾ ਉਹਦੇ ਪਾਕਾ ਜੀ ਦਾ ਪੀਸ ਮੇਕਰ ਪੈਣਾ 7-8 ਲੱਖ ਰੁਪਇਆ ਲਾਕਾ ਮੁੰਡਾ ਇਹ ਜਿਹੜਾ ਮੰਜੇ ਨੂੰ ਲਾਤਾ ਰਾਜੀ ਦਾ ਕੀ ਹੋਣਾ ਸੀ ਬਹੁਤ ਜ਼ਿਆਦਾ ਬਿਮਾਰ ਕਰਤਾ ਬਹੁਤ ਬੁਰਾ ਹਾਲ ਹੈ ਜੀ ਬਹੁਤ ਬੁਰਾ ਹਾਲ ਹੈ ਚਲੋ ਜੀ ਸਾਂਝਾ ਕਰਨ ਵਾਸਤੇ ਆਪਣੇ ਜਿਹੜੇ ਵਿਚਾਰ ਨੇ ਬਹੁਤ ਬਹੁਤ ਧੰਨਵਾਦ ਵੈਸੇ ਵਾਕਈ ਜਿਵੇਂ ਹਰ ਫੀਲਡ ਦੇ ਵਿੱਚ ਅਸੀਂ ਭਾਰਤ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਬੁਰੇ ਤੋਂ ਬੁਰੇ ਲੋਕ ਪਏ ਨੇ ਚੰਗੇ ਤੋਂ ਚੰਗੇ ਪਏ ਨੇ ਲੀਡਰਾਂ ਦੇ ਵਿੱਚ ਵੀ ਹੈਗੇ ਨੇ ਲੀਡਰਾਂ ਵਿੱਚ ਇਹ ਪਰਸੈਂਟੇਜ ਚਲੋ ਬਹੁਤ ਘੱਟ ਹੈਗੀ ਆ ਪੁਲਿਸ ਦੇ ਵਿੱਚ ਕਾਫੀ ਜ਼ਿਆਦਾ ਹੈਗੀ ਚੰਗੇ ਤੋਂ ਚੰਗੇ ਕਾਫੀ ਲੋਕ ਨੇ ਬੁਰੇ ਤੋਂ ਬੁਰੇ ਤਾਂ ਚਲੋ ਹੈਗੇ ਹੀ ਹੈਗੇ ਆ ਹਰ ਫੀਲਡ ਦੇ ਵਿੱਚ ਹੈਗੇ ਨੇ ਡਾਕਟਰੀ ਦੇ ਵਿੱਚ ਵੀ ਇਹੀ ਹਾਲ ਹੈ ਪੰਜਾਬ ਦੀ ਗੱਲ ਕਰੀਏ ਭਾਰਤ ਦੀ ਗੱਲ ਕਰੀਏ ਚੰਗੇ ਤੋਂ ਚੰਗੇ ਮਾੜੇ ਤੋਂ ਮਾੜੇ ਪਏ ਨੇ ਚੰਗੇ ਚੰਗੇ ਵੀ ਹੈਗੇ ਪਰ ਅਸੀਂ ਅਵੇਅਰ ਕਰਨ ਵਾਸਤੇ ਮਾੜੇ ਤੋਂ ਮਾੜੇ ਦੀ ਗੱਲ ਕਰ ਰਹੇ ਇੱਥੇ ਦੀ ਗੱਲ ਕਰੀਏ ਇੱਥੇ ਵੀ ਬਹੁਤ ਚੰਗੇ ਡਾਕਟਰ ਨੇ ਸਾਡੇ ਫੀਨਿਕਸ ਸਾਡੇ ਪਿੰਡੋਂ ਸਾਡੇ ਗਵਾਂਢੀ ਡਾਕਟਰ ਸੇਵਾ ਸਿੰਘ ਧੰਜਲ ਡੈਂਟਿਸਟ ਨੇ ਔਰ ਉਹਨਾਂ ਦਾ ਆਲੇ ਦੁਆਲੇ ਦੇ ਪੂਰੀ ਦੁਨੀਆ ਜਿੰਨੀ ਉਹਨਾਂ ਕੋਲ ਜਾਂਦੀ ਹੈ ਉਹਨਾਂ ਨੂੰ ਰੱਬ ਵਾਂਗੂ ਸਮਝਦੀ ਆ ਕਿ ਉਹ ਜਿਹੜੇ ਜਿਹਦੇ ਕੋਲ ਇੰਸ਼ੋਰੈਂਸ ਵਗੈਰਾ ਨਹੀਂ ਵੀ ਹੁੰਦੀ ਉਹਨਾਂ ਦੇ ਦੰਦ ਵਗੈਰਾ ਜਾਂ ਪ੍ਰੋਬਲਮ ਆ ਤਾਂ ਪੈਸੇ ਨਹੀਂ ਲੈਂਦੇ ਉਹ ਬਿਲਕੁਲ ਫ੍ਰੀ ਕਰਦੇ ਚਲੋ ਇਹੋ ਜਿਹੇ ਬੰਦੇ ਵੀ ਹੈਗੇ ਆ ਇਹੋ ਜਿਹੇ ਬੰਦੇ ਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ ਫਿਲਹਾਲ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਲਵਾਂਗੇ ਦੇਖਦੇ ਰਹੋ ਜਸ ਪੰਜਾਬੀ ਜੀ ਬ੍ਰੇਕ ਤੋਂ ਬਾਅਦ ਹਾਜ਼ਰ ਹੈ ਅਤੇ ਫਿਰ ਕਰਦੇ ਹਾਂ ਗੱਲਬਾਤ ਡਾਕਟਰਾਂ ਬਾਰੇ ਚੱਲ ਰਹੀ ਹੈ ਪ੍ਰਾਈਵੇਟ ਹਸਪਤਾਲ ਬਾਰੇ
ਔਰ ਪਤਾ ਹੀ ਹੈ ਹਾਲਾਤ ਵੈਸੇ ਕਈ ਚੰਗੇ ਵੀ ਹੈਗੇ ਕਈ ਮਾੜੇ ਵੀ ਹੈਗੇ ਨੇ, ਪਰ ਇੰਨੇ ਕੁ ਜ਼ਿਆਦਾ ਮਾੜੇ ਨੇ ਜਿਹੜੇ ਮਾੜੇ ਹੈਗੇ ਨੇ, ਉਹਨਾਂ ਨੂੰ ਕਿਸੇ ਦੁੱਖ ਦਰਦ ਨਾਲ ਕੋਈ ਮਤਲਬ ਨਹੀਂ ਹੁੰਦਾ, ਉਹਨਾਂ ਨੂੰ ਸਿਰਫ ਪੈਸੇ ਬਣਾਉਣ ਦੇ ਨਾਲ ਮਤਲਬ ਹੁੰਦਾ। ਪਹਿਲਾਂ ਇਹ ਹੁੰਦੀ ਸੀ ਸੋਚ ਡਾਕਟਰਾਂ ਦੀ ਵੀ ਕੋਈ ਮਰੀਜ਼ ਠੀਕ ਹੋਣ ਤੋਂ ਬਿਨਾਂ ਜਾ ਜਾਵੇ, ਇਹ ਕੋਸ਼ਿਸ਼ ਹੁੰਦੀ ਵੀ ਕੋਈ ਮਰੀਜ਼ ਠੀਕ ਹੋਣ ਤੋਂ ਬਿਨਾਂ ਨਾ ਜਾਵੇ ਸਾਡੇ ਹਸਪਤਾਲ 'ਚੋਂ। ਹੁਣ ਇਹ ਕੋਸ਼ਿਸ਼ ਹੁੰਦੀ ਕੋਈ ਮਰੀਜ਼ ਸੁੱਕਾ ਨਾ ਜਾਵੇ, 40-50 ਹਜ਼ਾਰ ਤੋਂ ਘੱਟ ਤਾਂ ਕਿਸੇ ਦਾ ਬਿੱਲ ਨਾ ਬਣੇ। ਕਈ ਡਾਕਟਰ ਤਾਂ ਇੰਨੇ ਪਤੰਦਰ ਨੇ, ਮਰੀਜ਼ ਲੈ ਕੇ ਜਾਓ, ਐਕਸੀਡੈਂਟ ਹੋਇਆ ਕਿਸੇ ਬੰਦੇ ਦਾ ਲੈ ਗਏ ਹੋਸਪਿਟਲ, ਪ੍ਰਾਈਵੇਟ ਡਾਕਟਰ ਕੋਲ ਲੈ ਗਏ, ਕਹਿੰਦਾ ਜੀ ਇਹ ਹੁਣ ਤਾਂ ਇਹਦਾ ਬਚਣਾ ਮੁਸ਼ਕਲ ਹੈ, ਜੇ ਤੁਸੀਂ ਘੰਟਾ ਕੁ ਵੀ ਪਹਿਲਾਂ ਲੈ ਆਉਂਦੇ ਤਾਂ ਵੀ ਤੁਹਾਡਾ ਮਰੀਜ਼ ਬਚ ਸਕਦਾ ਸੀ। ਉਹ ਕਹਿੰਦਾ ਜੀ ਘੰਟਾ ਪਹਿਲਾਂ ਕਿਵੇਂ ਲੈ ਆਉਂਦੇ, ਅੱਧਾ ਘੰਟਾ ਪਹਿਲਾਂ ਤਾਂ ਐਕਸੀਡੈਂਟ ਹੋਇਆ। ਚਲੋ ਖੈਰ ਤੁਹਾਡੀਆਂ ਕਾਲਾਂ ਲੈਂਦੇ, ਜਾਣਦੇ ਤੁਹਾਡੇ ਵਿਚਾਰ, ਕੋਈ ਦੱਸੋ ਆਪਣੀ ਹੱਡ ਬੀਤੀ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਕੌਣ ਬੋਲਦੇ? ਮੈਂ ਕੈਲੀਫੋਰਨੀਆ ਤੋਂ ਜਤਿੰਦਰ ਸਿੰਘ ਬੋਲਦਾ ਜੀ। ਸਰਦਾਰ ਜਤਿੰਦਰ ਸਿੰਘ ਜੀ, ਕੀ ਕਹਿਣਾ ਚਾਹੁੰਦੇ, ਕੀ ਤਜਰਬਾ ਤੁਹਾਡਾ ਰਿਹਾ ਪ੍ਰਾਈਵੇਟ ਹਸਪਤਾਲ ਦੀ ਅਗਰ ਗੱਲ ਕਰੀਏ ਤਾਂ? ਪ੍ਰਾਈਵੇਟ ਹਸਪਤਾਲ 'ਚ ਸਾਡੇ ਮੇਰੇ ਕੋਲ ਕਾਰ ਸੀ ਉਦੋਂ। ਅੱਛਾ ਜੀ। ਪ੍ਰਾਈਵੇਟ ਅਤੇ ਪਿੰਡ 'ਚ ਬਿਮਾਰ ਹੋ ਗਈ ਇੱਕ ਬੁੜੀ, ਅਤੇ ਮੈਨੂੰ ਅਜੇ ਜਾਣਾ ਹੈ। ਮੈਂ ਕਿਹਾ ਲੈ ਚੱਲਦੇ ਹਾਂ, ਕੋਟਪੂਰਾ ਸਾਡੇ ਨੇੜੇ ਸੀ ਜੀ, ਉੱਥੇ ਪ੍ਰਾਈਵੇਟ ਹਸਪਤਾਲ ਚਾਹੀ ਜਾਵੜੇ ਜੀ। ਅਤੇ ਉਹਨਾਂ ਵੇਖੋ ਕੇ ਆਉਂਦੇ ਇਹਨੂੰ ਜੀ ਫਿਰੋਜ਼ਪੁਰ ਲੈ ਜਾਓ, ਇੱਥੇ ਇਹਦਾ ਇਲਾਜ ਨਹੀਂ ਹੋਣਾ। ਮੈਂ ਫਿਰ ਗੈਸ ਪਾਉਣ ਗਿਆ ਅਤੇ ਗੈਸ ਉਦੋਂ ਰਾਤ ਨੂੰ ਮਿਲਦੀ ਨਹੀਂ ਸੀ। ਅੱਛਾ ਜੀ। ਅਤੇ ਉਹ ਗੈਸ ਨਾ ਮਿਲੀ ਅਤੇ ਮੈਂ ਕਿਹਾ ਫਿਰ ਇਉਂ ਕਰੀਏ, ਆਪਾਂ ਇੱਥੇ ਸਰਕਾਰੀ ਹਸਪਤਾਲ ਆ, ਉੱਥੇ ਡਾਕਟਰ ਮੈਨੂੰ ਜਾਣਦਾ, ਆਪਾਂ ਉੱਥੇ ਲੈ ਚੱਲਦੇ ਹਾਂ ਜੀ। ਅਸੀਂ ਉੱਥੇ ਲੈ ਗਏ ਅਤੇ ਉੱਥੇ ਦਾਖਲ ਕਰਾਤੀ ਅਤੇ ਉਹਨੂੰ ਆਰਾਮ ਆ ਗਿਆ। ਅੱਛਾ ਜੀ। ਮੈਂ ਕਿਹਾ ਨਾ ਜਾਣਾ ਪਿਆ ਅਤੇ ਬਹੁਤ ਚੰਗਾ ਹੋ ਗਿਆ। ਇਸ ਤਰ੍ਹਾਂ ਕਈ ਵਾਰੀ ਇਸ ਤਰ੍ਹਾਂ ਠੀਕ ਹੋ ਜਾਂਦਾ, ਕੁਦਰਤ ਨੇ ਢੋਲੀ ਬਣਾਏ। ਹਾਂ, ਹਸਪਤਾਲ ਦੇ ਪ੍ਰਾਈਵੇਟ ਚਲ ਜਾਂਦੇ ਤੇ ਉੱਥੇ ਉਹਨਾਂ ਨੇ ਮੰਜੀ ਠੋਕਣੀ ਸੀ ਸਵਾਰ ਕੇ, ਮੰਜੀ ਠੋਕਣੀ ਇੱਥੇ ਸਰਕਾਰੀ, ਨਾ ਉਹਨਾਂ ਖਰਚ ਹੋਇਆ, ਨਾਲੇ ਮੈਂ ਆਖਿਆ ਮੈਂ ਜਾ ਕੇ ਨਹੀਂ ਸੀ ਰਾਜੀਗਾ ਵਾਲੀ ਦੂਰ। ਚਲੋ ਠੀਕ ਆ, ਇਸ ਤਰ੍ਹਾਂ ਹੋਈ। ਬਾਕੀ ਪਰਮਾਤਮਾ ਦੇ ਹੱਥ ਵਸ ਹੁੰਦਾ ਜੀ, ਚੰਗਾ ਮਾੜਾ ਜੋ ਸਵਾਬ ਬਣਨੇ ਹੁੰਦੇ ਆ ਉਹ ਬਣ ਜਾਂਦੇ, ਜ਼ਰੀਏ ਬਣ ਜਾਂਦੇ, ਬਣ ਜਾਂਦਾ ਇਹ, ਕੋਈ ਨਾ ਕੋਈ ਢੋ ਬਣ ਜਾਂਦਾ। ਬਿਲਕੁਲ ਜੀ, ਬਿਲਕੁਲ, ਬੜੀ ਮਿਹਰਬਾਨੀ, ਇਹ ਗੱਲ ਆ। ਹਾਂਜੀ, ਓਕੇ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਕਾਲ ਲਾਈਵ ਲੱਗੀ ਹੋਈ, 925 ਏਰੀਆ ਕੋਡ ਤੋਂ ਫੋਨ ਹੈਗਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਹਿਬ ਜੀ। ਸਰ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਹਾਂਜੀ, ਮੈਂ ਗਿਆਨ ਸਿੰਘ ਬੋਲਦਾ, ਟਰੇਸੀ ਤੋਂ। ਜੀ ਜੀ, ਗਿਆਨ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ ਸਾਡੇ, ਟਰੇਸੀ ਗਵਾਂਢੀ ਹੋ ਗਿਆ ਤਕਰੀਬਨ। ਹਾਂਜੀ, ਕੀ ਕਹਿਣਾ ਚਾਹੁੰਦੇ? ਮੈਂ ਦੱਸਣਾ ਚਾਹੁੰਦਾ ਜੀ, ਇਸ ਪ੍ਰਾਈਵੇਟ ਹਸਪੀਟਲ ਲੈਂਦਾ ਪਰ ਵਿੱਚ ਇੱਕ ਦੋ ਮੋੜ ਆਉਣੇ, ਹੱਸਿਓ ਨਾ ਤੁਸੀਂ। ਹੱਸਣ ਵਾਲੇ ਮੋੜ ਆਉਣੇ, ਠੀਕ ਹੈ ਜੀ। ਹਾਂਜੀ, ਮੈਂ ਪਹਿਲਾਂ ਹੀ ਹੱਸ ਲਿਆ ਜੀ। ਹਾਂਜੀ ਦੱਸੋ। ਹਾਂਜੀ, ਪ੍ਰੋਬਲਮ ਸੀਗੀ ਕੋਈ 30-40 ਸਾਲ ਪਹਿਲਾਂ ਦੀ ਜੀ, ਤੇ ਮੈਂ ਬਾਬਾ ਹਸਪੀਟਲ ਚਲੇ ਗਿਆ। ਅੱਛਾ ਜੀ। ਬੜੇ ਸਾਰੇ ਟੈਸਟ ਕਰਾਇਆ, ਉਹਨਾਂ ਨੇ ਲੱਭ ਲਿਆ, ਉਹ ਕਹਿੰਦੇ ਵੀ ਤੇਰੀ ਸਰਜਰੀ ਕਰਨੀ ਪੈਣੀ ਆ ਜੀ। ਤੇ ਚਲੋ ਉਹਨਾਂ ਨੇ ਮੈਨੂੰ ਰੂਮ ਦੇ ਦਿੱਤਾ, ਸਾਰਾ ਕੁਝ ਕਰ ਦਿੱਤਾ ਤੇ ਜੀ, ਜਦ ਤੱਕ ਸਾਡੇ ਰਿਸ਼ਤੇਦਾਰ ਆ ਗਏ, ਉਹ ਕਹਿੰਦੇ ਡਾਕਟਰ ਸਾਹਿਬ ਨੂੰ ਪੁੱਛਿਆ, ਉਹ ਕਹਿੰਦੇ ਜੀ ਇਹਦਾ ਅਸੀਂ ਜੋ ਵੀ ਆਪਰੇਟ ਕਰਨਾ ਜੋ ਕਰਨਾ ਕੱਲ ਨੂੰ ਕਰਨਾ, ਅਸੀਂ ਇਹਨੂੰ ਭੁੱਖੇ ਰੱਖਣਾ। ਅੱਛਾ ਜੀ। ਕਿੰਨੇ ਵੀ ਅਸੀਂ ਭੁੱਖੇ ਤਾਂ ਘਰ ਵੀ ਰੱਖ ਸਕਦੇ ਹਾਂ, ਵੀ ਚਲੋ ਤੁਹਾਡੀ ਜੋ ਵੀ ਫੀਸ ਅਸੀਂ ਦੇ ਦਿੱਤੀਆਂ ਸਭ ਕੁਝ ਕਰ ਦਿੱਤਾ, ਵੀ ਇਹ ਕੱਲ ਨੂੰ ਅਸੀਂ ਲੈ ਆਵਾਂਗੇ ਸਵੇਰ ਨੂੰ ਜਿੰਨੇ ਵਜੇ ਕਮੋ। ਅੱਛਾ ਜੀ। ਉਹ ਕਹਿੰਦੇ ਠੀਕ ਆ, ਲੈ ਜਾਓ ਤੁਸੀਂ ਜੀ। ਉਹ ਜਲੰਧਰ ਹੀ ਰਹਿੰਦੇ ਸੀ, ਮੈਂ ਪਿੰਡ ਜਾਣਾ ਸੀ ਦਿਆਲਪੁਰ। ਮੈਂ ਕਿਹਾ ਵੀ ਏਦਾਂ ਕਰੋ, ਤੁਸੀਂ ਇੱਥੋਂ ਰਿਕਸ਼ਾ ਕਰੋ ਤੇ ਮੈਨੂੰ ਮੋਟਰਸਾਈਕਲ ਦਿਓ, ਮੈਂ ਪਿੰਡ ਚੱਲ ਜਾਂਦਾ, ਵੀ ਮੈਂ ਇੱਥੇ ਜਲੰਧਰ ਕਦ ਤੋਂ ਰਹਿਣਾ। ਅੱਛਾ ਜੀ। ਤੋ ਮੇਰੇ ਨਾਲ ਫਰੈਂਡ ਆਏ ਸੀਗੇ, ਸਾਡਾ ਹੁਣ ਤੇ ਮੈਂ ਮੋਟਰਸਾਈਕਲ ਚੱਕਿਆ, ਪਿੰਡ ਪਹੁੰਚ ਗਿਆ, ਜਿਹੜੇ ਮੇਰੇ ਫਰੈਂਡ ਸੀ ਉਹ ਜਲੰਧਰ ਹੈਗਾ। ਅੱਛਾ ਜੀ। ਜੋ ਪਿੰਡ ਪਹੁੰਚੇ ਤੇ ਤਾਇਆ ਜੀ ਮੈਨੂੰ ਮਿਲ ਪਏ ਘਰ ਦੇ ਮੋਹਰੇ, ਕਹਿੰਦੇ ਜੀ ਉਹ ਕਹਿੰਦੇ ਗਿਆਨ ਸਿੰਘ ਕਿੱਦਾਂ? ਮੈਂ ਕਿਹਾ ਵੀ ਮੈਂ ਤਾਂ ਸਵੇਰ ਨੂੰ ਸਰਜਰੀ ਹੋਣੀ। ਕਹਿੰਦੇ ਜੋਗਿੰਦਰ ਹੋਣੀ? ਮੈਂ ਕਿਹਾ ਉਹ ਤਾਂ ਆਉਂਦੇ ਹੋਣੇ ਆ, ਵੀ ਬੱਸ ਚ ਆਉਣਾ ਉਹਨਾਂ ਨੇ। ਉਹ ਆਇਆ ਨੂੰ 12 ਵਜੇ ਤੇ ਤਾਇਆ ਜੀ ਨੇ ਡਾਂਗ ਚੁੱਕ ਲਈ। ਉਹ ਕਹਿੰਦੇ ਵੀ ਤੁਸੀਂ ਕਿੱਥੋਂ? ਕਹਿੰਦੇ ਗਿਆਨ ਸੀਰੀਅਸ ਬਿਮਾਰ ਆ, ਵੀ ਪਤਾ ਕਰਨ ਗਏ ਸੀ
ਬਹੁਤ ਵਧੀਆ ਕੀਤੀ ਅੱਜ ਤੱਕ ਮੁੜ ਬੜੀ ਸੀਰੀਅਸ ਸੀਗੀ ਲਾਈਕ ਟਿਊਮਰ ਸੀਗੀ ਤੇ ਉਹਨਾਂ ਨੇ ਮੁੜ ਕੇ ਪਤਾ ਵੀ ਨੀ ਲੱਗਾ ਅਮੈਰੀਕਾ ਚ ਮੈਂ ਚੈੱਕ ਕਰਾਇਆ ਵੈਰੀ ਗੁੱਡ ਸ਼ੁਕਰ ਹੈ ਜੀ ਪਰਮਾਤਮਾ ਸ਼ੁਕਰ ਹੈ ਬਹੁਤ ਬਹੁਤ ਸ਼ੁਕਰ ਹੈ ਫਿਲਹਾਲ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਹਾਂ ਦੇਖਦੇ ਰਹੋ ਜਸ ਪੰਜਾਬੀ ਜੀ ਪ੍ਰੋਗਰਾਮ ਦਾ ਸਮਾਂ ਖਤਮ ਹੈ ਪਰ ਮੈਂ ਜਾਣ ਤੋਂ ਪਹਿਲਾਂ ਪਰਮਾਤਮਾ ਅੱਗੇ ਅਰਦਾਸ ਬੇਨਤੀ ਜ਼ਰੂਰ ਕਰਦਾ ਕਿ ਵੈਸੇ ਤਾਂ ਚਲੋ ਕੁਝ ਮਾੜੀ ਗੱਲ ਨਹੀਂ ਪਰ ਫਿਰ ਵੀ ਡਾਕਟਰਾਂ ਤੋਂ ਹਸਪਤਾਲ ਤੋਂ ਜਿੰਨਾ ਬਚਾ ਰਹੇ ਓਨਾ ਹੀ ਚੰਗਾ ਪਰ ਅੱਜ ਕੱਲ੍ਹ ਇੱਕ ਨਵੀਂ ਚੀਜ਼ ਜਿਹੜੀ ਸ਼ੁਰੂ ਹੋ ਗਈ ਹੈ ਕਿ 3 ਮਹੀਨੇ ਬਾਅਦ ਬਿਲਕੁਲ ਠੀਕ ਵੀ ਹੋ ਚਾਹੇ ਕੋਈ ਜਮ੍ਹਾਂ ਪ੍ਰੋਬਲਮ ਨਹੀਂ ਤਾਂ ਵੀ ਡਾਕਟਰ ਲਿਖ ਦਿੰਦੇ 3 ਮਹੀਨੇ ਬਾਅਦ ਤੂੰ ਆਪਣੇ ਰੈਗੂਲਰ ਟੈਸਟ ਜਿਹੜੇ ਉਹ ਕਰਾਉਣੇ ਹੀ ਕਰਾਉਣੇ ਆ ਖੈਰ ਇੱਕ ਪੱਖੋਂ ਚੰਗਾ ਵੀ ਹੈਗਾ ਕਿ ਉਹਦੇ ਨਾਲ ਪਤਾ ਲੱਗ ਜਾਂਦਾ ਕੋਈ ਪੰਗਾ ਪੁੰਗਾ ਤਾਂ ਨਹੀਂ ਪਿਆ ਦੂਜੇ ਪਾਸੇ ਇਹ ਹੈ ਵੀ ਉਹਨਾਂ ਦਾ ਮੀਟਰ ਜਿਹੜਾ ਘੁੰਮ ਜਾਂਦਾ ਚਾਹੇ ਇੱਧਰਲੇ ਮੁਲਕਾਂ ਦੀ ਗੱਲ ਕਰੀਏ ਤਾਂ ਇੰਸ਼ੋਰੈਂਸ ਜਿਹੜੀ ਹੈ ਉਹਨਾਂ ਤੋਂ ਚੰਗੇ ਪੈਸੇ ਡਾਕਟਰ ਜਿਹੜੇ ਆਪਣੇ ਇਹ ਲੈਂਦੇ ਨੇ ਚਲੋ ਜੀ ਸਭ ਦੀ ਚੜ੍ਹਦੀ ਕਲਾ ਸਭ ਦੀ ਸਿਹਤ ਦੀਆਂ ਚੰਗੀਆਂ ਸਿਹਤਾਂ ਦੀਆਂ ਦੁਆਵਾਂ ਕਰਦਾ ਮੈਂ ਜਗਤਾਰ ਸਿੰਘ ਤੁਹਾਡੇ ਤੋਂ ਵਿਦਾ ਲੈਂਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ ਰਹੋ ਖੁਸ਼ ਰੱਖੋ ਰੱਬ ਰੱਖਾ ਜੀਵੇ ਪੰਜਾਬ ਜੀਵੇ ਪੰਜਾਬੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ